ਰੇਡੀ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਾਮਾਂ ਦਾ ਦੇ ਵਿੱਚ ਤੁਹਾਡਾ ਮੁਰ ਤੋਂ ਸਵਾਗਤ ਹੈ ਜੀ ਇਸ ਵਕਤ ਤੁਸੀਂ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜੀ ਅਮਰੀਕਾ ਦੀ ਮਸ਼ਹੂਰ ਲਾ ਫਾਰਮ ਗੈਲਨ ਗਲ ਵੱਲੋਂ ਜਿਹੜੇ ਲਗਾਤਾਰ 1987 ਤੋਂ ਅਮਰੀਕਾ ਦੇ ਵਿੱਚ ਹਜ਼ਾਰਾਂ ਵਿਅਕਤੀਆਂ ਨੂੰ ਸ਼ਰਨ ਦੇਵਾ ਚੁੱਕੇ ਨੇ ਗ੍ਰੀਨ ਕਾਰਡ ਦੇਵਾ ਚੁੱਕੇ ਆ ਤੇ ਸਿਟੀਜ਼ਨਸ਼ਿਪ ਵੀ ਸਿਟੀਜ਼ਨ ਵੀ ਬਣਾ ਚੁੱਕੇ ਨੇ ਨਿਊਯਾਰਕ ਦੇ ਸਮੇਂ ਮੁਤਾਬਕ ਐਮੀ ਗੱਲ ਹੋਰਾਂ ਦੇ ਨਾਲ ਤੁਸੀਂ 212696192859 ਦੇ ਉੱਤੇ ਪੁਆਇੰਟ ਵਟ ਹੋਣਾ ਲਓ ਜਾਂ ਫਿਰ ਇਹਨਾਂ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਰਾਜਵੀਰ ਸਿੰਘ ਹੋਰਾਂ ਦੇ ਨਾਲ WhatsApp ਦੇ ਉੱਤੇ 7186121118 ਤੇ ਕਾਲ ਕਰ ਲਓ ਹਰ ਤਰ੍ਹਾਂ ਦੇ ਕੰਸਟਰਕਸ਼ਨ ਕਰਾਉਣ ਦੇ ਲਈ ਹਮੇਸ਼ਾ ਯਾਦ ਰੱਖੋ ਐਕੂਰੇਟ ਗੁਰਿੰਦਰ ਗਰੇਵਾਲ ਹੋਰਾਂ ਨੂੰ 2069415454 ਨਵਾਂ ਬਿਜ਼ਨਸ ਰਜਿਸਟਰਡ ਕਰਾਉਣਾ ਹੈ ਜਾਂ ਐਗਜ਼ਿਸਟਿੰਗ ਦੇ ਲਈ ਤੁਸੀਂ ਅਕਾਊਂਟਸ ਦੇ ਜਾਂ ਟੈਕਸਿਸ ਦੇ ਕਿਸੇ ਤਰ੍ਹਾਂ ਦੇ ਵੀ ਤੁਹਾਨੂੰ ਹੈਲਪ ਚਾਹੀਦੀ ਹੈ ਤਾਂ ਅਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਨੂੰ ਯਾਦ ਰੱਖੋ ਫੋਨ ਨੰਬਰ ਹੈ ਜੀ 2535208886 ਤੇ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢਿੱਲੋਰੀ ਢਿੱਲੋ ਸਭ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਢਿੱਲੋ ਸਾਹਿਬ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਕੀ ਅਪਡੇਟ ਆਈ ਹੈ ਜਿਥੇਦਾਰ ਕਾਂਗਰਸ ਸਾਹਿਬ ਬਾਰੇ ਦੇਖੋ ਜੀ ਜਥੇਦਾਰ ਕਾਂਗਰਸ ਸਾਹਿਬ ਦੇ ਹੁਣ ਤੁਸੀਂ ਦੇਖੋ ਵੀ 30 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਜੀ ਇਹ ਤਾਂ ਇੱਕ ਫੈਕਟ ਹੈ ਹੀ ਹੈ ਕਿ ਜਥੇਦਾਰ ਕਾਂਗਰਸ ਸਾਹਿਬ ਇਸ ਦੁਨੀਆ 'ਚ ਨਹੀਂ ਜੀ ਲੇਕਿਨ ਪੁਲਿਸ ਦੇ ਰਿਕਾਰਡ ਦੇ ਵਿੱਚ ਅਜੇ ਤੱਕ ਵੀ ਉਹਨਾਂ ਨੂੰ ਭਗੌੜਾ ਦਿਖਾਇਆ ਹੋਇਆ ਆ ਕਿਉਂਕਿ ਡੈੱਡ ਬੋਡੀ ਤਾਂ ਬਰਾਮਦ ਹੋਈ ਬੋਡੀ ਬਰਾਮਦ ਨਹੀਂ ਹੋਈ ਬਾਕੀ ਉਹਨਾਂ ਨੇ ਆਪਣੇ ਰਿਕਾਰਡ ਦੇ ਵਿੱਚ ਇਹ ਗੱਲ ਕਰ ਦਿੱਤੀ ਹੈ ਕਿ ਭਗੌੜਾ ਜੱਥੇਦਾਰ ਸਾਹਿਬ ਦੇ ਬਾਰੇ ਚ ਜੀ ਅਰ ਜੋ ਕੁਝ ਗੱਲਾਂ ਨਮੀਆਂ ਆ ਰਹੀਆਂ ਨੇ ਦਾਨੇ ਵਾਲੀ ਜੀ ਬੜੀਆਂ ਹੈਰਾਨੀਜਨਕ ਹੈ ਹਮਮ ਨਮੀਆਂ ਗੱਲਾਂ ਇਹ ਆ ਰਹੀਆਂ ਕਿ ਜਦੋਂ ਜੱਥੇਦਾਰ ਕੌਕੇ ਦੀ ਡਿਸ ਅਪੀਅਰੈਂਸ ਦੀ ਜਾਂਚ ਕਰ ਰੇ ਸੀ ਮਿਸਟਰ ਬੀ ਪੀ ਤਿਵਾੜੀ ਹਮਮ ਉਸ ਵੇਲੇ ਇੱਕ ਚਿੱਠੀ ਉਹਨਾਂ ਨੇ ਲਿਖੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜੀ ਇਹ ਹੁਣ ਗੱਲ ਜਿਹੜੀ ਹੈਗੀ ਪਬਲਿਕ ਡੋਮੇਨ ਚ ਆ ਗਈ ਹਮਮ ਉਹਨੇ ਕਿਹਾ ਕਿ ਮੈਂ ਬਤੌਰ SIT ਦਾ ਮੁਖੀ ਜ ਆ ਤੁਹਾਡਾ 1 ਮੈਂਬਰ SIT ਲਾਲੂ ਜੰਬਰ ਮੈਂਬਰ ਟੀਮ ਹੈ ਜਿਹੜੀ ਉਹਦੇ ਮੁਖੀ ਵਜੋਂ ਮੈਂ ਤੁਹਾਡੇ ਵੀ ਬਿਆਨ ਕਲਮ ਬੰਦ ਕਰਨੀ ਚਾਹਣਾ ਜੀ ਤੇ ਮੈਨੂੰ ਤੁਸੀਂ ਦੱਸੋ ਵੀ ਇਹ ਜਾਸਤ ਨੇ ਉਹ ਕਿ ਨਹੀਂ ਦਿੰਦੇ ਕਿਉਂਕਿ ਮੁੱਖ ਮੰਤਰੀ ਨੂੰ ਇੱਕ ADGP ਲੈਵਲ ਦਾ ਅਫੀਸਰ ਜਾ ਕੇ ਸਿੱਧਾ ਤਾਂ ਕਹਿ ਨਹੀਂ ਸਕਦਾ ਕਿ ਲੋ ਜੀ ਤੁਹਾਡੇ ਬਿਆਨ ਰਿਕਾਰਡ ਕਰਾਓ ਜੀ ਤੇ ਬਾਦਲ ਸਾਹਿਬ ਨੇ ਕਹਿੰਦੇ ਆਪਣੇ ਬਿਆਨ ਰਿਕਾਰਡ ਕਰਾਉਣ ਤੋਂ ਇਨਕਾਰ ਕਰਤਾ ਸੀ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਉਹ ਬਿਆਨ ਕਿਉਂ ਰਿਕਾਰਡ ਕਰਨਾ ਚਾਹੁੰਦੇ ਸੀ ਜੀ ਅਸਲ ਦੇ ਵਿੱਚ ਇਹ ਪਤਾ ਲੱਗਾ ਕਿ ਜਦੋਂ ਜੱਥੇਦਾਰ ਕੌਂਕੇ ਹੋਰਾਂ ਨੂੰ ਜੀ ਚੁੱਕਿਆ ਹਮ ਉਹਨਾਂ ਨੂੰ ਅੱਜ ਮੈਂ ਸੁਣ ਰਿਹਾ ਸੀ ਕਿਸੇ ਸੱਜਣ ਨੂੰ ਆਪਣੇ ਕਿਸੇ ਬਹੁਤ ਜਿਹੜੇ ਹੈਗੇ ਬੜੇ ਨਾਮਵਰ ਸਿੱਖ ਪੰਥ ਦੇ ਕਹਿ ਸਕਦੇ ਆਪਾਂ ਆਗੂ ਆਗੂ ਵੀ ਨਹੀਂ ਕਹਿ ਸਕਦੇ ਉਹਨਾਂ ਨੇ ਸਿੱਖ ਪੰਥ ਦੇ ਲਈ ਜਿਨ੍ਹਾਂ ਨੇ ਕੱਲ ਨਾ ਕਾਲੀ ਹੈ ਰਣਜੀਤ ਸਿੰਘ ਕੁੱਕੀਗਲ ਕੁੱਕੀਗਲ ਅੱਛਾ ਹੈ ਕੁੱਕੀਗਲ ਹੋਣੀ ਕਹਿੰਦੇ ਵੀ ਮੈਂ ਇਹ ਨਹੀਂ ਮੰਨ ਸਕਦਾ ਕਿ ਜਿਹੜੀ ਕੱਲ ਕੰਪਲੇਂਟ ਕੀਤੀ ਉਹ ਕੰਪਲੇਂਟ ਕੀਤੀ ਹੈ ਕਿ ਜਥੇਦਾਰ ਨੂੰ ਖਤਮ ਕਰਤਾ ਹਾਂ ਕੰਪਲੇਂਟ ਜਿਹੜੀ ਹੈ ਚਾਹੀਦੀ ਸੀ ਕਿ ਕੰਪਲੇਂਟ ਦਿੱਤੀ ਜਾਂਦੀ ਕਿਡਨੈਪਿੰਗ ਦੀ ਕਿਡਨੈਪਿੰਗ ਦੀ ਕਿਉਂਕਿ ਜਥੇਦਾਰ ਕੌਕੇ ਹੋਰਾਂ ਨੂੰ ਜਦੋਂ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਚੁੱਕ ਚੁੱਕਿਆ ਗ੍ਰਿਫਤਾਰ ਕੀਤਾ ਹੈ ਸੈਂਕੜੇ ਲੋਕ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਹਾਂ ਹਾਂ ਚਾਸ਼ਮਦੀ ਜੀ 40 ਦੇ ਕਰੀਬ ਲੋਕਾਂ ਨੇ ਆਪਣੀਆਂ ਬੀਂਗ ਗਵਾਹੀਆਂ ਵੀ ਰਿਕਾਰਡ ਕਰਾਈਆਂ ਤਿਵਾੜੀ ਸਾਹਿਬ ਕੋਲ ਜੀ ਔਰ ਉਹ ਤੋਂ ਬਾਅਦ ਉਹਨਾਂ ਨੇ ਕਹਿ ਕੇ ਮੈਂ ਆਪਣੇ ਕੱਪੜੇ ਵਗੈਰਾ ਲੈਣੇ ਜਾਂ ਕੱਪੜੇ ਚੇਂਜ ਕਰਨੇ ਤੇ ਫਿਰ ਉਹਨਾਂ ਨੂੰ ਘਰ ਲੈ ਔਰ ਘਰ ਜਦੋਂ ਉਹਨਾਂ ਨੂੰ ਲੈ ਕੇ ਗਏ ਤੇ ਜਿਹੜਾ ਲਾਸਟ ਵਿਟਨੈਸ ਸੀ ਜੀ ਜਿਹਦੇ ਸਾਹਮਣੇ ਲੈ ਕੇ ਗਏ ਆ ਉਹ ਉਹਨਾਂ ਦਾ ਬੇਟਾ ਸੀ ਜੀ ਲੇਕਿਨ ਜਿਹੜੀ ਅੱਜ ਕੰਪਲੇਂਟ ਦਿੱਤੀ ਗਈ ਹੈ ਉਹ ਕੰਪਲੇਂਟ ਦਿੱਤੀ ਗਈ ਹੈ ਉਹਨਾਂ ਦੀ ਮੈਸੇਜ ਬਣੂ ਹੂੰ ਹੂੰ ਤੇ ਮੈਸੇਜ ਨੇ ਪਹਿਲਾਂ ਕਿਤੇ ਕਹਿੰਦੇ ਬਿਆਨ ਇਹ ਵੀ ਲਿਖਾਇਆ ਆਪਦਾ ਹੈ ਕਿ ਜਦੋਂ ਇਹ ਸਾਰਾ ਕੁਝ ਹੋਇਆ ਮੈਂ ਤਾਂ ਆਪਣੀ ਬੇਟੀ ਕੋਲੇ ਗਈ ਹੋਈ ਸੀ ਜੀ ਜੇ ਇਹ ਗੱਲ ਸਹੀ ਹੈ ਤੇ ਹੁਣ ਉਹਦੇ ਵੱਲੋਂ ਕਿ ਹਾਂਜੀ ਉਹਨੂੰ ਚੱਕ ਕੇ ਕਰਤਾ ਤਾਂ ਫਿਰ ਉਹ ਮਤਲਬ ਮੇਰੇ ਖਿਆਲ ਮਤਲਬ ਸਟੈਂਡ ਨਹੀਂ ਕਰਨਾ ਸਟੈਂਡ ਨਹੀਂ ਕਰਨੀ ਗੱਲ ਹੂੰ ਹੂੰ ਇਹ ਮਾਮਲਾ ਪਤਾ ਨਹੀਂ ਹਜੇ ਕਿੱਥੋਂ ਤੱਕ ਦੇਣਾ ਹੈ ਜਿੱਥੋਂ ਤੱਕ ਜੀ ਬਾਦਲ ਸਾਹਿਬ ਦੀ ਚਿੱਠੀ ਦਾ ਸਵਾਲ ਹੈ ਕਿ ਬਾਦਲ ਸਾਹਿਬ ਨੇ ਚਿੱਠੀ ਕਿਉਂ ਲਿਖੀ ਹੂੰ ਹੂੰ ਕਿਉਂਕਿ ਕੌਂਕਸ ਸਾਹਿਬ ਜਿਸ ਵੇਲੇ ਹਿਰਾਸਤ ਦੇ ਵਿੱਚ ਸੀ ਪੁਲਿਸ ਦੇ ਉਦੋਂ ਉਹਦੇ ਖਿਲਾਫ ਪ੍ਰੋਟੈਸਟ ਕਰਨ ਵਾਸਤੇ ਜਿਹੜਾ ਸਭ ਤੋਂ ਪਹਿਲਾਂ ਆਇਆ ਹੈ ਪ੍ਰਕਾਸ਼ ਸਿੰਘ ਬਾਦਲ ਜਥੇਦਾਰ ਗੁਰਚਰਨ ਸਿੰਘ ਟਵਾੜਾ ਸਿਮਰਜੀਤ ਸਿੰਘ ਮਾਨੂਰੀ ਆਇਆ ਜੀ ਔਰ ਇਹਨਾਂ ਨੂੰ ਵੀ ਉਸ ਵੇਲੇ ਕਹਿੰਦੇ ਆ ਵੀ ਡਿਟੇਨ ਕਰ ਲਿਆ ਸੀ ਥੋੜਾ ਪਾਸੇ ਕਰ ਦਿੱਤਾ ਸੀ ਇਹਨਾਂ ਨੂੰ ਕੋਈ ਪ੍ਰੋਟੈਸਟ ਨਹੀਂ ਸੀ ਕਰਨ ਦਿੱਤਾ ਤਰਨਾ ਵਗੈਰਾ ਮਾਰਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਪਰ ਉਹ ਉਹਨਾਂ ਨੇ ਕੋਈ ਉਹਨਾਂ ਸਫਲ ਨਹੀਂ ਹੋਣ ਦਿੱਤਾ ਜਿੰਨਾ ਹੋਣਾ ਚਾਹੀਦਾ ਸੀ ਜੀ ਫਿਰ ਕਹਿੰਦੇ ਆ ਵੀ ਕਿਉਂਕਿ ਕੌਕੇਤ ਸਾਹਿਬ ਬਹੁਤ ਗੁਰਸਿੱਖ ਸੀ ਹਮਮ ਔਰ ਉਹ ਲੰਗਰ ਪਾਣੀ ਜਿਹੜਾ ਹੈਗਾ ਜਿੰਦਾ ਲੰਗਰ ਦਾ ਸਕਦੇ ਸੀ ਜਾਂ ਆਪਣੇ ਘਰ ਦਾ ਸਕਦੇ ਸੀ ਬਾਹਰਲਾ ਨਹੀਂ ਸੀ ਸਕਦੇ ਜੀ ਥਾਣੇ ਦੇ ਵਿੱਚ ਦਾਨੇ ਵਾਲਿਆ ਸਾਹਿਬ ਲੰਗਰ ਹੁੰਦੇ ਆ ਥਾਣੇ 'ਚ ਜਿਹੜੀ ਰੋਟੀ ਆਉਂਦੀ ਹੈ ਜਿਹੜੇ ਬੰਦੇ ਲਾਂਗਰੀ ਰੋਟੀ ਬਣਾਉਣ ਵਾਲੇ ਕੀ ਪਤਾ ਹੈ ਹਮਮ ਕਿ ਉਹ ਕੋਈ ਸਿਕਟਬੱਤੀ ਪਿੰਡਿਆ ਜਾਂ ਨਹੀਂ ਪਿੰਦੇ ਹਾਂ ਜੀ ਅਗਲੀ ਗੱਲ ਇਹ ਹੈ ਕਿ ਜੇ ਟਾਬੇ ਤੋਂ ਵੀ ਕਿਸੇ ਤੋਂ ਖਾਣਾ ਮੰਗਵਾਇਆ ਜਾਂਦਾ ਤੇ ਉਹ ਟਾਬੇ ਤੇ ਤਿਆਰ ਕਰਨ ਵਾਲਿਆਂ ਦੇ ਵਿੱਚ ਵੀ ਕੀ ਉਹਨਾਂ ਨੂੰ ਸੁੱਚਮ ਦਾ ਖਿਆਲ ਹੈ ਕਿ ਨਹੀਂ ਹੈ ਕਿ ਇੱਕ ਅਮਰਤਾਰੀ ਸਜਣ ਨੂੰ ਜਿਹੜੇ ਅਮਰਤਾਰੀ ਸਜਣ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਹੋਣ ਉਹਨਾਂ ਨੂੰ ਖਾਣਾ ਕਿਹੋ ਜਿਹਾ ਦੇਣਾ ਚਾਹੀਦਾ ਤਾਂ ਉਸ ਵੇਲੇ ਕਹਿੰਦੇ ਆ ਕਿ ਫਿਰ ਬਾਦਲ ਸਾਹਿਬ ਨੇ ਟੈਲੀਫੋਨ ਕੀਤਾ ਸੀ ਉਸ ਵੇਲੇ ਦੇ ਐਸਐਸਪੀ ਮਿਸਟਰ ਸਵਰਨ ਸਿੰਘ ਘੋਟਣਾ ਨੂੰ ਜੀ ਕਿ ਤੁਸੀਂ ਇਹ ਦੱਦ ਦੇ ਦਿਓ ਜਥੇਦਾਰ ਸਾਹਿਬ ਨੂੰ ਕਿ ਇਹਨਾਂ ਦੇ ਘਰ ਤੋਂ ਇਹਨਾਂ ਨੂੰ ਜਿਹੜਾ ਹੈਗਾ ਉਹ ਖਾਣਾ ਆਜਿਆ ਕਰੇ ਜੀ ਔਰ ਘਰ ਤੋਂ ਖਾਣਾ ਜਾਂਦਾ ਵੀ ਰਹੇ ਹੂੰ ਹੂੰ ਕੱਪੜੇ ਵੀ ਚੇਂਜ ਹੁੰਦੇ ਰਹੇ ਆ ਕੱਪੜੇ ਵੀ ਜਾਂਦੇ ਰਹੇ ਜੀ ਜੇ ਪ੍ਰਕਾਸ਼ ਸਿੰਘ ਬਾਦਲ ਹੋਰਾ ਨੇ ਇਹ ਗੱਲ ਕਹੀ ਸੀ ਐਸਐਸਪੀ ਨੂੰ ਤਾਂ ਮੇਰੇ ਖਿਆਲ ਮੁਤਾਬਕ ਇਹ ਬੜਾ ਇੱਕ ਵਾਜਬ ਪੁਆਇੰਟ ਬਣਦਾ ਹੈ ਹੂੰ ਹੂੰ ਜੇ ਤਿਵਾੜੀ ਸਾਹਿਬ ਕਹਿੰਦੇ ਜੀ ਮੈਂ ਤੁਹਾਡਾ ਬਿਆਨ ਰਿਕਾਰਡ ਕਰਨਾ ਤੇ ਬਾਦਲ ਸਾਹਿਬ ਜੇ ਉਹ ਬਿਆਨ ਰਿਕਾਰਡ ਨਹੀਂ ਕਰਵਾਉਂਦੇ ਹੂੰ ਹੂੰ ਤਾਂ ਇਹਦਾ ਮਤਲਬ ਹੈ ਕਿ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਰਹਿਗੇ ਕਾਰਜਕਾਰੀ ਜਥੇਦਾਰ ਕਾਰਜਕਾਰੀ ਜਥੇਦਾਰ ਸਾਹਿਬ ਜੀ ਦੀ ਜਿਹੜੀ ਹਰਾਸਤਾਂ ਹਰਾਸਤ ਦੇ ਬਾਰੇ ਜਾਣਦੇ ਹੋਣ ਦੇ ਬਾਵਜੂਦ ਵੀ ਹੂੰ ਹੂੰ ਉਹ ਸੱਚ ਨੂੰ ਉਜਾਗਰ ਨਹੀਂ ਕਰਨਾ ਚਾਹੁੰਦੇ ਮੈਂ ਨਹੀਂ ਕਹਿੰਦਾ ਸੱਚ ਨੂੰ ਸਪਾਉਣਾ ਨਹੀਂ ਚਾਹੁੰਦੇ ਸਪਾਉਣਾ ਨਹੀਂ ਚਾਹੁੰਦੇ ਆਪਾਂ ਕਮਾਂਗੇ ਉਜਾਗਰ ਨਹੀਂ ਸੀ ਕਰਨਾ ਚਾਹੁੰਦੇ ਇਸੇ ਕਰਕੇ ਉਹਨਾਂ ਨੇ ਜਵਾਬ ਦਿੱਤਾ ਹੁਣ ਉਹਨਾਂ ਨੇ ਕੰਪਲੇਂਟ ਦੇ ਦਿੱਤੀ ਹੈ ਜੀ ਜੀ ਇਸ ਕੰਪਲੇਂਟ ਦਾ ਕੇ ਬਣਨਾ ਕੀ ਹੈ ਏ ਵੇਖਣ ਵਾਲੀ ਇਹ ਹੁਣ ਆਪਾਂ ਕਹੀਏ ਕਿ ਉੱਥੇ ਜਿਹੜਾ ਐਸਐਚਓ ਲੱਗਿਆ ਉਹ ਆਪਣੇ ਲੈਵਲ ਦੇ ਉੱਤੇ ਕੋਈ ਕਾਰਵਾਈ ਕਰ ਦੂ ਅਸੰਭਵ ਹੈ ਹਮਮ ਕਿਉਂਕਿ ਅਗਲੀ ਗੱਲ ਹੋਰ ਆਗੀ ਕਹਿੰਦੇ ਕੈਪਟਨ ਆਪਣੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇਤਾ ਉਹ ਜਿਹੜੀ ਉਹਨਾਂ ਦੀ ਬਣਾਈ ਹੋਈ ਸੀਗੀ ਏ ਰਿਪੋਰਟ ਤਿਵਾੜੀ ਸਾਹਿਬ ਦੀ ਉਹਨੂੰ ਹਵਾਲਾ ਨਹੀਂ ਲਗਣ ਦਿੱਤੀ ਹਮਮ ਬਾਅਦ ਦੇ ਵਿੱਚ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਜਦੋਂ ਆਈ ਤੇ ਫਿਰ ਇੱਕ ਐਸਆਈਟੀ ਬਣਾਈ ਗਈ ਸੀ ਜੀ ਕਿ ਉਹ ਐਸਆਈਟੀ ਪੜਤਾਲ ਕਰੂਗੀ ਹਮਮ ਔਰ ਉਸ ਉਸ ਐਸਆਈਟੀ ਦੇ ਮੁਖੀ ਕੌਣ ਸੀ ਜੀ ਉਸ ਵੇਲੇ ਹਮਮ ਉਹਦੇ ਮੁਖੀ ਸੀ ਉਸ ਵੇਲੇ मिस्टर मुख्वेंद्र सिंह छीना जी ਤੇ ਮੇਰਾ ਖਿਆਲ ਹੈ ਮੁਖਵਿੰਦਰ ਸਿੰਘ छीਨਾ ਜੇ ਮੈਂ ਗਲਤ ਨਹੀਂ ਹੂੰ ਤਾਂ ਇਹ ਉਹਨਾਂ ਦਿਨਾਂ ਦੇ ਵਿੱਚ ਜਗਰਾਉਂ ਜ਼ਿਲ੍ਹੇ ਦੇ ਐਸਐਸਪੀ ਵੀ ਹੁੰਦੇ ਸੀ ਅੱਛਾ ਜੀ ਔਰ ਗੁਰਪ੍ਰੀਤ ਸਿੰਘ ਤੁਰਦਾਨਾ ਵੀ ਹੁੰਦਾ ਹੂੰ ਉਹ ਵੀ ਕਹਿੰਦੇ ਟੀਮ ਦੇ ਮੈਂਬਰ ਬਣਾਏ ਸੀ ਕੁਝ ਟੀਮ ਦੇ ਮੈਂਬਰ ਹੋਰ ਬਣਾਏ ਸੀ ਹੂੰ ਹੂੰ ਉਹਨਾਂ ਨੇ ਜਿਹੜੀ ਪੜਤਾਲ ਕੀਤੀ ਹੈ ਜਿਹੜੀ ਉਹ ਐਸਐਸਆਈਟੀ ਸੀ ਜੀ ਉਸ ਐਸਐਸਆਈਟੀ ਨੇ ਜਿਹੜੀ तिवारी ਸਾਹਿਬ ਵਾਲੀ ਪੜਤਾਲ ਹੈ ਹੂੰ ਜੈ ਜਿਹੜੀ ਉਹ 에어ਪੋਰਟ ਰਿਪੋਰਟ ਧੋਕੇ ਰੱਖਦੀ ਜੀ ਤੇ ਜਦੋਂ ਰਿਪੋਰਟ ਹੀ ਧੋਕੇ ਰੱਖਦੀ ਤੇ ਹੁਣ ਉਹਨੂੰ ਐਸ ਹਾਲਾਤ ਦੇ ਵਿੱਚ ਰਿਪੋਰਟ ਕਿਵੇਂ ਲੈਣਗੇ ਹੂੰ ਹੂੰ ਇਹਦਾ ਮਤਲਬ ਹੈ ਕਿ ਅਲਟੀਮੇਟਲੀ ਇਹ ਮਾਮਲਾ ਉੱਪਰ ਜਾਣਾ ਹੀ ਜਨੇ ਜੀ ਉਧਰਲੇ ਪਾਸੇ ਜੇ ਆਪਾਂ ਦੇਖੀਏ ਤਾਂ ਜਿਹੜੇ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹੈ ਹੂੰ ਹੂੰ ਸਰਦਾਰ ਲਾਲਪੁਰਾ ਲਾਲਪੁਰਾ ਸਾਹਿਬ ਇਕਵਾਲ ਸਿੰਘ ਲਾਲਪੁਰਾ ਹੂੰ ਹੂੰ ਇਕਵਾਲ ਸਿੰਘ ਲਾਲਪੁਰਾ ਹੋਰਾਂ ਨੂੰ ਇੱਕ ਚਿੱਠੀ ਭੇਜਤੀ ਜੀ ਜਿਹੜੀ ਕੇਂਦਰੀ ਸਿੰਘ ਸਭਾ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਜਿਹੜੀ ਖੁਸ਼ਵਾਲ ਸਿੰਘ ਹੋਣੀ ਪ੍ਰੋਫੈਸਰ ਖੁਸ਼ਵਾਲ ਸਿੰਘ ਹੋਣੀ ਜਿਹਦੇ ਮਤਲਬ ਉਹ ਕਰਤਾ ਤਰਤਾ ਹੈ ਜੀ ਉਹਨਾਂ ਨੇ ਇੱਕ ਚਿੱਠੀ ਲਿਖਤੀ ਹੂੰ ਹੂੰ ਉਹਨਾਂ ਨੇ ਕਿਹਾ ਜੀ ਇਸ ਮਾਮਲੇ ਦੀ ਤੁਸੀਂ ਪੜਤਾਲ ਕਰੋ ਜੀ ਹੁਣ ਇਹਦੇ ਸਬੰਧ ਵਿੱਚ ਰਿਪੋਰਟ ਜਿਹੜੀ ਹੈ ਪੰਜਾਬ ਦੇ ਚੀਫ ਸੈਕਟਰੀ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਲਈ ਹੈ ਲਾਲ ਭਰਾ ਸਾਹਿਬ ਨੇ ਜੀ ਤੇ ਰਿਪੋਰਟ ਉਹਨਾਂ ਨੇ ਦੇਣੀ ਹੈ ਜੀ ਉਹ ਰਿਪੋਰਟ ਜਦੋਂ ਉਹਨਾਂ ਦੇ ਕੋਲੇ ਜਾਂਦੀ ਹੈ ਤੇ ਫਿਰ ਉਸ ਰਿਪੋਰਟ ਦੇ ਉੱਤੇ ਉਹ ਅੱਗੇ ਕਾਰਵਾਈ ਕੀ ਕਰਦੇ ਹੈ ਔਰ ਨਾਲੀ ਜੇਪਾ ਦੇਖੀ ਤਾਂ ਇਹਦੇ ਚ ਇਹ ਗੱਲ ਵੀ ਆ ਗਈ ਹੈ ਕਿ ਮਿਸਟਰ ਜਿਹੜੇ ਸਾਡੇ ਸਪੀਕਰ ਹੈ ਸੰਧਮਾ ਸਾਹਿਬ ਕੁਲਤਾਰ ਸਿੰਘ ਸੰਧਮਾ ਕੁਲਤਾਰ ਸਿੰਘ ਸੰਧਮਾ ਹੋਣਾ ਨੇ ਵੀ ਇਹ ਗੱਲ ਕਹਿਤੀ ਹੈ ਕਿ ਜੀ ਅਸੀਂ ਜਿਹੜੀ ਹੈਗੀ ਹੈ ਇਹਨਾਂ ਮਾਮਲਿਆਂ ਦੀ ਜਿਹੜੀ ਹੈ ਉਹ ਇਹਦੇ ਤੇ ਕਾਰਵਾਈ ਕਰਾਂਗੇ ਇੱਕ ਤਾਂ ਉਹ ਹੋ ਗਈ ਹੈ ਜਿਹੜੀ ਕਾਰਵਾਈ ਆਪਾਂ ਮਤਲਬ ਜਿਹੜੀ ਹੈ ਕੌਕੇ ਸਾਹ ਵਾਲੀ ਤੇ ਇਹਦੇ ਨਾਲ ਜਿਹੜੀ ਅਗਲੀ ਕਾਰਵਾਈ ਹੈਗੀ ਉਹ ਹੈਗੀ ਜਿਹੜੇ ਨਕੋਦਰ ਚ ਗੋਲੀ ਕਾਂਡ ਹੋਇਆ ਸੀ ਕਿ ਉਹ ਗਨੇ ਕੋਧਰ ਗੋਲੀकांड ਨੂੰ ਉਹ ਵੀ ਉਠਾਉਂਦੇ ਰਹੇ ਹੁਣ ਕੁੱਲ ਮਿਲਾ ਕੇ ਆਪਾਂ ਦੇਖੀਏ ਤਾਂ ਇਸ ਵੇਲੇ ਜਿਹੜੀਆਂ ਪਹਿਲੀਆਂ ਦੋ ਸਰਕਾਰਾਂ ਗਈਆਂ ਕੈਪਟਨ ਮਰਿੰਦਰ ਸਿੰਘ ਵਾਲੀ ਤੇ ਪ੍ਰਕਾਸ਼ ਸਿੰਘ ਬਾਦਲ ਵਾਲੀ ਜੀ ਉਹਨਾਂ ਨੇ ਕੱਖ ਨਹੀਂ ਕੀਤਾ ਹੂੰ ਹੂੰ ਕੇਂਦਰ ਸਰਕਾਰ ਕੋਲੇ ਲਾਲਪੁਰਾਉ ਸਾਹਿਬ ਕੋਲੇ ਗੱਲ ਚਲੀ ਗਈ ਹੈ ਘਟਕਿੰਤੀ ਕਿਸ਼ਮਨ ਮਿਸ਼ਨ ਨੇ ਰਿਪੋਰਟ ਮੰਗ ਲਈ ਹੈ ਹੂੰ ਹੂੰ ਸੰਧਮਾ ਸਾਹਿਬ ਜਿਹੜੇ ਆਪ ਇਹਨਾਂ ਮੁੱਦਿਆਂ ਨੂੰ ਉਠਾਉਂਦੇ ਰਹੇ ਖਾਸ ਕਰਕੇ ਜਿਹੜਾ ਨਕੋਧਰਾ ਵਾਲਾ ਗੋਲੀकांड ਹੋਇਆ ਸੀ ਜਿਹਦੇ ਵਿੱਚ 6 ਬੰਦੇ ਜੀ ਜੀ ਜਿਹੜੇ ਉਹ ਸ਼ਹੀਦ ਹੋ ਗਏ ਸੀ ਉਹ ਵੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਸੀ ਹੂੰ ਹੂੰ ਉਹ ਵੀ ਆਈ ਆ ਗਿਆ ਤੇ ਉਧਰੋਂ ਹੁਣ ਫੇਰ ਜਿਹੜੀ ਆ ਉਹ ਮਾਨ ਸਰਕਾਰ ਕੋਲੇ ਚਲਾ ਗਿਆ ਮਾਨ ਸਰਕਾਰ ਦੇਤੇ ਕੀ ਸਟੈਂਡ ਲੈਂਦੀ ਐ ਸੋ ਕੁਲ ਮਲਾ ਕੇ ਆਪਾਂ ਦੇਖੀਏ ਤਾਂ ਇਹਦੇ ਤੇ ਪੋਲਿਟਿਕਸ ਬਹੁਤ ਹੋਣ ਲੱਗੀ ਇਹੀ ਗੱਲ ਅੱਜ ਢਿੱਲੋਪਾ ਸਾਬ ਮੈਂ ਇੱਕ ਵਿਆਹ ਤੇ ਗਿਆ ਸੀ ਰਾਪੂਰੇ ਉੱਥੇ ਇਹੀ ਗੱਲ ਚੱਲ ਰਹੀ ਸੀ ਵੀ ਇਹ ਜਿਹੜਾ ਕੇਸ ਆ ਜਿੰਨਾ ਕ ਬਾਦਲ ਪਰਿਵਾਰ ਨੇ ਸਾਹ ਭਰਿਆ ਸੀ ਉਨਾ ਹੀ ਉਹਨਾਂ ਦੇ ਲਈ ਉਦੋਂ ਵੱਧ ਘਾਤਕ ਸਿੱਧ ਹੋ ਗਿਆ ਡੈਮੇਜਿੰਗ ਕਹਿੰਦੇ ਮਾਮਲਾ ਕਿਸੇ ਦਾ ਕਿਉਂਕਿ ਕੱਲ ਹੀ ਇਹ ਪਰਿਵਾਰ ਨਾਲ ਰਿਲੇਟਡ ਸ਼ਾਦੀ ਸੀਗੀ ਉੱਥੇ ਹੀ ਤੇ ਉਹਨਾਂ ਨੇ ਆਪਦੀਆਂ ਗੱਲਾਂ ਹੀ ਕਰਨੀਆਂ ਸੀ ਆਪਣੇ ਇਲਾਕੇ ਦੇ ਮੋਤਵਾਰ ਬੰਦੇ ਸੀ ਪਰ ਉਹਨਾਂ ਦੇ ਵਿੱਚ ਜਿਹੜੀਆਂ ਉਹਨੀਆਂ ਦੀਆਂ ਗੱਲਾਂ ਸੀ ਉਹ ਕਾਫੀ ਚਿੰਤਕ ਸੀਗੀਆਂ ਮਤਲਬ ਕਿ ਉਹ ਗੱਲ ਨਹੀਂ ਕਹਿ ਸਕਦੇ ਵੀ ਅੰਨੇ ਭਗਤ ਵਾਲੀ ਗੱਲ ਨਹੀਂ ਸੀ ਪਰ ਉਹ ਵੀ ਕਹਿੰਦੇ ਹਾਂ ਜੇ ਕੁਝ ਗਲਤੀਆਂ ਹੋਈਆਂ ਤਾਂ ਭੁਗਤ ਰਹੇ ਨੇ ਤੇ ਉਹ ਗੱਲਾਂ ਤੇ ਬਾਦਲਾਂ ਦਾ ਇਹਦੇ ਚ ਕਿੰਨਾ ਨੁਕਸਾਨ ਹੋਊਗਾ ਦੇਖੋ ਨੁਕਸਾਨ ਹੀ ਨੁਕਸਾਨ ਹੈ ਫਾਇਦਾ ਤਾਂ ਕੋਈ ਹੈ ਨਹੀਂ ਹਾਲਾਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਮੂਨੇ ਰਜਾਏ ਜੀ ਉਹ ਜਾ ਕੇ ਕੱਲ ਪਰਸੂ ਰਾਤ ਨੂੰ ਕਹਿੰਦੇ ਜਾ ਕੇ ਆਏ ਐ ਮਿਲ ਕੇ ਪਰਿਵਾਰ ਨੂੰ ਹੂੰ ਹੂੰ ਸਰੂਪਾ ਵੀ ਦੇ ਕੇ ਆਏ ਉਹਨਾਂ ਨੂੰ ਔਰ ਉਹਨਾਂ ਨੇ ਜਾ ਕੇ ਕਿਹਾ ਕਿ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਜੀ ਜਿਹੜੀ ਕੰਪਲੇਂਟ ਦਿੱਤੀ ਐ ਕੰਪਲੇਂਟ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਤੀਨਿਧ ਐ ਹੂੰ ਹੂੰ ਔਰ ਵਕੀਲ ਐ ਵੱਡੇ ਵਕੀਲ ਐ ਉਹਨਾਂ ਦੇ ਨਾਲ ਜਾ ਕੇ ਕੰਪਲੇਂਟ ਕਰਵਾਈ ਐ ਜੀ ਉਹ ਸਾਰਾ ਕੁਝ ਕਰ ਰਹੇ ਐ ਹੂੰ ਹੂੰ ਭਾਵੇਂ ਕੌਕੇ ਪਰਿਵਾਰ ਜਿਹੜਾ ਹੈਗਾ ਕੌਕੇ ਪਰਿਵਾਰ ਇਹਨਾਂ ਦਾ ਸਹਿਯੋਗ ਵੀ ਲੈ ਰਿਆ ਜੀ ਔਰ ਕੌਕੇ ਪਰਿਵਾਰ ਨੂੰ ਜਦੋਂ ਦਿੱਲੀ ਬੁਲਾਇਆ ਗਿਆ ਸੀ ਦਿੱਲੀ ਦੀ ਜਿਹੜੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਮਮ ਉੱਥੇ ਉਹਨਾਂ ਨੇ ਵੀ ਇੱਕ ਪੰਜ ਮੈਂਬਰੀ ਪੈਨਲ ਬਣਾਇਆ ਵਕੀਲਾਂ ਦਾ ਹਮਮ ਉੱਥੇ ਵੀ ਉਹਨਾਂ ਨੂੰ ਉਹਨਾਂ ਨੇ ਸਨਮਾਨਤ ਵੀ ਕੀਤਾ ਬਰਸੀ ਵੀ ਮਨਾਈ ਹੈ ਔਰ ਉਹਨਾਂ ਨੇ ਇਸ ਕਾਲ ਦੇ ਤੇ ਅਫਸੋਸ ਵੀ ਕੀ ਪ੍ਰਗਟ ਕੀਤਾ ਕਿ 30 ਸਾਲ ਅਸੀਂ ਭੁੱਲੇ ਰਹੇ ਜੀ ਕਿ ਸਾਡੇ ਜਿਹੜੇ ਐ ਸਿੰਘ ਸਾਹਿਬ ਜਿਹੜੇ ਹੋਏ ਨਹੀਂਗੇ ਜਿਹੜੇ ਅਕਾਲ ਤਖਬ ਦੇ ਐਕਟਿਵ ਜਥੇਦਾਰ ਹੁੰਦੇ ਸੀ ਉਹਨਾਂ ਨੇ ਉਹਨਾਂ ਨੂੰ ਵੀ ਉਹਨਾਂ ਨੇ ਇੱਕ ਸਹਿਯੋਗ ਵਾਲੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਹੁਣ ਅਸੀਂ ਕੌਕੇ ਪਿੰਡ ਦੇ ਵਿੱਚ ਵੀ ਫੰਕਸ਼ਨ ਕਰਾਂਗੇ ਉਹਦੇ ਵਾਲੀ ਵੀ ਗੱਲ ਹੈ ਭਾਵੇਂ ਉਹ ਸਾਰਾ ਕੁਝ ਕਰੀ ਜਾਂਦੇ ਆ ਉਹ ਕੋਈ ਖੁੱਲ ਕੇ ਪਰਿਵਾਰ ਜਿਹੜਾ ਹੈਗਾ ਬਾਦਲ ਪਰਿਵਾਰ ਦੇ ਖਿਲਾਫ ਜਾਂ ਅਕਾਲੀ ਦਲ ਦੇ ਖਿਲਾਫ ਬੋਲਦੇ ਨਹੀਂ ਲੇਕਿਨ ਸਿੱਖ ਮਾਨਸਿਕਤਾ ਦੇ ਉੱਤੇ ਤਾਂ ਇਹਦਾ ਪੋਜੀਟਿਵ ਨਹੀਂ ਨਾ ਪੈ ਰਿਹਾ ਉੱਥੇ ਤਾਂ ਨੈਗੇਟਿਵ ਹੀ ਹੈ ਉੱਥੇ ਗੱਲ ਇਹ ਹੁੰਦੀ ਹੈ ਕਿ ਜਦੋਂ ਤਿਵਾੜੀ ਰਿਪੋਰਟ ਆ ਗਈ ਸੀ ਰਿਪੋਰਟ ਨੂੰ ਤਬਾਹ ਕਿਉਂ ਰੱਖਿਆ ਗਿਆ ਉਹਦੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਕਈ ਚੀਜ਼ਾਂ ਹਨ ਜਿਹੜੀਆਂ ਸਭ ਹੁੰਦੀਆਂ ਜਿਹੜੀਆਂ ਵਕਤ ਦੇ ਨਾਲ ਲੋਕ ਭੁੱਲ ਜਾਂਦੇ ਆ ਜੀ ਕਦੇ ਨਾ ਕਦੇ ਕੋਈ ਇਹੋ ਜਿਹਾ ਪਹਾਨਾ ਬਣ ਜਾਂਦਾ ਹੈ ਜਿਹਦੇ ਨਾਲ ਉਹ ਸਾਰਾ ਕੁਝ ਫੇਰ ਯਾਦ ਆ ਜਾਂਦਾ ਹੈ ਜੀ ਇੱਥੇ ਮੈਂ ਸਮਝਦਾ ਕਿ ਜਿਹੜੀ PHARO ਹੈ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਉਹਨੇ ਬਹੁਤ ਜਿਹੜੀ ਸਿਆਣਪ ਦੇ ਨਾਲ ਇਸ ਮਾਮਲੇ ਨੂੰ ਇੱਥੇ ਕਿਉਂ ਉਠਾਇਆ ਹਰ ਹਾਲਾਂਕਿ ਹਰ ਸਾਲ ਉਹਨਾਂ ਦੀ ਵਰਸੀ ਦੇ ਮੌਕੇ ਦੇ ਉਤੇ ਦਸੰਬਰ ਦੇ ਮਹੀਨੇ ਦੇ ਵਿੱਚ ਇਸ ਰਿਪੋਰਟ ਦਾ ਜ਼ਿਕਰ ਹੁੰਦਾ ਹੈ ਜੀ ਲੇਕਿਨ ਐਥ ਕੀ ਸਰਬਜੀਤ ਸਿੰਘ 베ਰਕਾ ਹੋਣਾ ਨੇ ਜਿਹੜੀ ਉਹ ਕੰਪਲੇਂਟ ਅਕਲ ਤੱਕ ਸਭ ਦੇ ਜਥੇਦਾਰ ਨੂੰ ਦੇਤੀ ਹੂੰ ਤੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਤੀ ਕਿ ਇਹ ਤੇ ਕਾਰਵਾਈ ਕਰਵਾਓ ਤੇ ਜਥੇਦਾਰ ਸਾਹਿਬ ਨੇ ਭੇਜ ਦਿੱਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਹੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੀ ਉਸੇ ਕੰਮ ਸ਼ੁਰੂ ਕਰਤਾ ਤਾਂ ਫਿਰ ਜਿਹੜੀ ਹੈ ਸੁੱਤੀ ਹੋਈ ਜਿਹੜੀ ਹੈਗੀ ਹੈ ਇਹ ਆਪਣੀਆਂ ਕੀ ਕਹਿੰਦੇ ਸੁੱਤੀਆਂ ਕਲਾ ਜੀ ਜੀ ਉਹ ਜਾਗ ਪਿਆ ਹੂੰ ਲੋਕਾਂ ਦੇ ਦਿਮਾਗ ਦੇ ਵਿੱਚੋਂ ਜਿਹੜੀ ਇਹ ਗੱਲ ਨਿਕਲ ਗਈ ਸੀ ਉਹ ਗੱਲ ਸਾਹਮਣੇ ਆ ਗਈ ਵੀ ਯਾਰ ਇਹ ਤਾਂ ਗੱਲ ਤਾਂ ਬਹੁਤ ਮਾੜੀ ਹੋਈ ਹੈ ਹੂੰ ਕਿਉਂ ਇਗਨੋਰ ਕੀਤਾ ਤੇ ਫਿਰ ਇਹ ਗੱਲ ਵੀ ਨਾਲ ਹੁਣ ਸਵਾਲ ਇਹ ਵੀ ਖੜੇ ਹੋਣ ਲੱਗੇ ਵਕ ਵਕ ਜਿਹੜੇ ਆਪਾਂ ਵੈਬ ਚੈਨਲਾਂ ਤੇ ਵੀ ਦੇਖੀਏ ਅਖਬਾਰਾਂ 'ਚ ਵੀ ਦੇਖਦੇ ਫਿਰ ਇਹ ਸਵਾਲ ਆਉਂਦੇ ਆ ਕਿ ਜਿਨ੍ਹਾਂ ਲੋਕਾਂ ਨੇ ਤਸ਼ੱਦਦ ਕੀਤਾ ਸੀ ਜਿਨ੍ਹਾਂ ਦੇ ਖਿਲਾਫ ਤੁਸੀਂ ਇਨਕੁਆਇਰੀਆਂ ਦੀ ਗੱਲ ਕਰਦੇ ਸੀ ਉਹਨਾਂ ਨੂੰ ਤੁਸੀਂ ਉੱਚੀਆਂ ਥਾਵਾਂ ਤੇ ਬਿਠਾਇਆ ਉਹਨਾਂ ਨੂੰ ਤੁਸੀਂ ਨਵਾਜਿਆ ਵੀ ਤੁਸੀਂ ਟਿਕਟਾਂ ਦਿੱਤੀਆਂ ਇਹ ਜਿਹੜੀਆਂ ਸਾਰੀਆਂ ਗੱਲਾਂ ਹੁੰਦੀਆਂ ਤਾਂ ਮੈਨੂੰ ਲੱਗਦੀ ਹੈ ਕੁੱਲ ਮਿਲਾ ਕੇ ਕਿ ਇਹ ਜਿਹੜਾ ਹੈਗਾ ਨਾ ਇਹ ਇਹ ਮੁੱਦਾ ਇਹ ਮੁੱਦਾ ਵੀ ਬਾਦਲ ਪਰਿਵਾਰ ਦੇ ਲਈ ਕਾਫੀ ਜਿਹੜਾ ਇੱਕ ਗੰਭੀਰ ਚਿੰਤਾ ਦਾ ਕਾਰਨ ਬਣਿਆ ਹੋਇਆ ਤੇ ਇਹ ਅਗਾ ਬਾਸਤੇ ਵੀ ਬਣਿਆ ਰਹੂ ਜੀ ਸੈਟਲ ਦੀ ਮਸ਼ਹੂਰ ਟਰਕਿੰਗ ਕੰਪਨੀ ਵਿਸ਼ਿੰਗਟਨ ਫਰੇਟ ਸਰਵਿਸ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ ਚੰਗੇ ਬੋਨਸ ਦੇ ਨਾਲ-ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ 206 354 4060 ਤੇ ਗੁਰਵਿੰਦਰ ਧਾਲੀਵਾਲ ਨਾਲ ਜਾਂ ਜਗਦੇਵ ਸੰਧੂ ਹੋਰਾਂ ਦੇ ਨਾਲ 253 2666924 ਤੇ ਕਾਲ ਕਰ ਲਓ ਅਸੀਂ ਸੰਧੂ ਪਰਿਵਾਰ ਦੇ ਨਾਲ ਦੁੱਖ ਵੀ ਸਾਂਝਾ ਕਰਦੇ ਹਾਂ ਜੀ ਜਗਦੇਵ ਸੰਧੂ ਹੋਰਾਂ ਦੇ ਦਾਦੀ ਜੀ ਜਿਹੜੇ ਨੇ ਉਹ ਸੁਰਗਵਾਸ ਹੋ ਗਿਆ ਥੱਲੇ ਸਭ ਜੀ ਜੀ ਬਹੁਤ ਅਫਸੋਸ ਦੀ ਗੱਲ ਹੈ ਅਫਸੋਸ ਦੀ ਗੱਲ ਹੈ ਸਿਆਣੀ ਉਮਰ ਪਰ ਕਿਸੇ ਵੀ ਬਜ਼ੁਰਗ ਦਾ ਘਰੋਂ ਜਾਣਾ ਕਮੀ ਤਾਂ ਮਹਿਸੂਸ ਹੁੰਦੀ ਹੈ ਹੁੰਦੀ ਹੁੰਦੀ ਹੈ ਕਿਉਂਕਿ ਬਜ਼ੁਰਗ ਜਦੋਂ ਘਰ ਦੇ ਵਿੱਚ ਬੈਠਾ ਰਹੇ ਉਹਨਾਂ ਦਾ ਇੱਕ ਰਤਵਾ ਉਹਨਾਂ ਦੀ ਆਣ ਸ਼ਾਨ ਜਿਹੜਾ ਉਹਨਾਂ ਦਾ ਕੰਟਰੋਲ ਹੈ ਪਰਿਵਾਰ ਦੇ ਉੱਤੇ ਉਹ ਇੱਕ ਨਾਲ ਸਿਆਣੇ ਇੱਕ ਹਕਾਵਤਾ ਨੇ ਬਜ਼ੁਰਗ ਤਾਂ ਘਰ ਦਾ ਜਿੰਦਾ ਹੁੰਦੇ ਬਿਲਕੁਲ 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 ਤੇ ਹੁਣ ਆਪਾਂ ਪੰਜਾਬ ਦੀ ਦੂਜੀ ਅਹਿਮ ਖਬਰ ਕਰੀਏ ਜੀ ਉਹ ਇੱਕ ਕਲॉक ਦੇ ਵਿੱਚ ਇੱਕ ਪੈਂਡੂਲਮ ਹੁੰਦਾ ਜੀ ਜੀ ਉਹ ਐਂ ਬਾਰੇ ਗਏ ਐਂ ਬਾਰੇ ਗਏ ਐਂ ਬਾਰੇ ਗਏ ਕਹਿੰਦਾ ਕਿਉਂ ਕਹਿੰਦਾ ਲਾਟੂ ਵਾਂਗੂ ਕਹਿੰਦਾ ਕਿਤੇ ਉਹ ਲਮਕ ਦੇ ਲਾਟੂ ਵਾਂਗੂ ਕਹਿੰਦਾ ਪੈਂਡੂਲਮ ਬਣਿਆ ਪਿਆ ਆਪ ਦਾ ਤੇ ਕਾਂਗਰਸ ਦਾ ਗੱਠ ਜੋੜ ਹੋਇਆ ਕਿ ਟੁੱਟਿਆ ਹੋਇਆ ਕਿ ਨਹੀਂ ਹੋਇਆ ਆਈ ਹੋਈ ਜਾਂਦਾ ਦਾਨੀਲ ਗਿਆ ਸਾਹਿਬ ਆਪਣੇ profession ਦੇ ਵਿੱਚ ਬਹੁਤ ਤਕੜੇ ਵਿਸ਼ਲੇਸ਼ਕ ਪਏ ਐ ਜੀ ਬਹੁਤ ਤਕੜੇ ਵਿਦਵਾਨ ਪਏ ਐ ਤੇ ਬਹੁਤ ਸਾਰੇ ਮਤਲ ਜਿਹੜੇ ਹੈਗੇ ਆ ਬੰਦਿਆਂ ਨੇ ਆਪੋ ਆਪਣੇ ਹਿਸਾਬ ਦੇ ਨਾਲ ਆਪੋ ਆਪਣੀਆਂ ਰਾਇਂ ਦਿੱਤੀਆਂ ਜੀ ਆਪਾਂ ਕੁ ਆਪਣੇ ਮੂੰਹੋਂ ਮੀਆਂ ਮਿੱਠੂ ਵਾਲੀ ਗੱਲ ਨਹੀਂ ਕਹਿ ਸਕਦੇ ਹਮਮ ਕਿ ਜੀ ਅਸੀਂ ਆਪਣੀ ਪੇਠਾਪੀ ਥਪਤ ਪਾਉਣੇ ਹੈ ਹਮਮ ਅਸੀਂ ਜਿਹੜਾ ਜੋ ਪ੍ਰਵੇਲਿੰਗ ਸਿਚੁਏਸ਼ਨ ਹੁੰਦੀ ਹੈ ਸਾਡੇ ਸਾਹਮਣੇ ਜੋ ਹਾਲਾਤ ਹੈ ਹਮਮ ਉਹਨਾਂ ਹਾਲਾਤਾਂ ਦਾ ਆਪਾਂ ਵਿਸ਼ਲੇਸ਼ਣ ਕਰਕੇ ਪਹਿਲਾਂ ਹੀ ਇਹ ਗੱਲ ਕਹਿ ਚੁੱਕੇ ਸੀ ਕਿ ਪੰਜਾਬ ਦੇ ਵਿੱਚ ਹਮਮ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦਾ ਸਮਝੌਤਾ ਸਿਰੇ ਚੜਨਾ ਆਸਾਨ ਨਹੀਂ ਹਮਮ ਔਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸ਼ਾਇਦ ਇਹ ਸਮਝੌਤਾ ਸਿਰੇ ਨਾ ਵੀ ਚੜੇ ਜੀ ਲekin ਤੁਸੀਂ ਵੀ ਸੁਣਦੇ ਰਹੇ ਹੋ ਪੜ੍ਹਦੇ ਵੀ ਰਹੇ ਹੋ ਦੇਖਦੇ ਰਹੇ ਹੋ ਖਬਰਾਂ ਵੀ ਆਉਂਦੀਆਂ ਰਹਿਣਗੇ ਕਿ ਕਈ ਚੈਨਲਾਂ ਨੇ ਤਾਂ ਸੀਟਾਂ ਦੀ ਅਲਾਟਮੈਂਟ ਵੀ ਕਰ ਦਿੱਤੀ ਅਲਾਟਮੈਂਟ ਵੀ ਕਰ ਦਿੰਦੇ ਆ ਤਾਂ ਵੰਡ ਵੀ ਦਿੰਦੇ ਆ ਵੀ ਇੰਨੀਆਂ-ਇੰਨੀਆਂ ਆ ਗਈਆਂ ਜੀ ਵਿੱਚ 6 ਤੇ 7 ਹੋ ਗਈਆਂ ਜੀ ਵੀ ਚੰਡੀਗੜ੍ਹ ਵਾਲੀ ਪਾਲੀ ਤੇ 7 ਤੇ 7 14 ਅੱਧੋ ਦੀ ਹੋ ਗਈਆਂ ਜੀ ਕੋਈ ਕਹਿੰਦਾ ਜੀ ਉਹ ਤਾਂ ਉਹਨਾਂ ਦੇ ਕੋਲੇ 8 ਸੀ ਪ੍ਰਨੀਤ ਕੌਰ ਤਾਂ ਫਿਰ ਅਜੇ ਤੱਕ ਡਾਮਾ ਡੋਲ ਹੈ ਜੀ ਤੇ ਕੈਪਟਨ ਸਾਹਿਬ ਚਲੇ ਗਏ ਆ ਭਾਜਪਾ ਦੇ ਵਿੱਚ ਤੇ ਪ੍ਰਨੀਤ ਕੌਰ ਟੈਕਨੀਕਲੀ ਜਿਹੜੀ ਹੈਗੀ ਆ ਅਜੇ ਵੀ ਕਾਂਗਰਸ ਪਾਰਟੀ ਦੀ ਹੈ ਔਰ ਉਹ 8 ਸੀਟਾਂ ਉਹਨਾਂ ਦੀਆਂ ਬਣਦੀਆਂ ਹੀ ਐ ਤੇ 8 ਦੇ ਵਿੱਚ ਹਸਾਬ ਦੇ ਨਾਲ ਉਹ 8 ਮੰਗਦੇ ਆ ਉਹ ਵਗੈਰਾ ਵਗੈਰਾ ਚੱਲਦੇ ਰਹੇ ਜੀ ਲੇਕਿਨ ਜੋ ਆਪਣਾ ਐਨਾਲਿਸਿਸ ਸੀ ਮੇਰਾ ਖਿਆਲ ਹੈ ਗੱਲ ਉਸ ਪਾਸੇ ਨੂੰ ਜਾਂਦੀ ਹੈ ਹਾਂਜੀ ਹੋਇਆ ਏ ਕਿ ਜਿਹੜੀ ਪਰਸੋਂ ਮੀਟਿੰਗ ਹੋਈ ਸੀ ਹੂੰ ਉਹ ਇੰਡੀਆ ਵਾਲੀ ਜੀ ਉਸ ਮੀਟਿੰਗ ਦੇ ਵਿੱਚ ਭਾਵੇਂ ਕੁਝ ਜਿਹੜੇ ਹੈਗੇ ਪ੍ਰੋਮਿਨੈਂਟ ਮੈਂਬਰ ਸਹਿਬਾਨ ਨਹੀਂ ਆਏ ਹੂੰ ਹੂੰ ਮਿਸਾਲ ਦੇ ਤੌਰ ਤੇ ਆਪਾਂ ਦੇਖੀ ਉਦਵ ਠਾਕਰੇ ਨਹੀਂ ਆਏ ਹਾਂ ਹਾਂ ਉਦਵ ਠਾਕਰੇ ਹੋਰਾਂ ਨੇ ਪਹਿਲਾਂ ਹੀ ਇਜਾਜ਼ਤ ਮੰਗ ਲਈ ਸੀ ਦੱਸਦਾ ਸੀ ਕਿ ਮੈਂ ਨਹੀਂ ਆ ਸਕਦਾ ਮੇਰੇ ਰੁਝੇਵੇਂ ਹੋਰ ਹੈ ਜੀ ਮਮਤਾ ਬੇਨਰਜੀ ਬੰਗਾਲ ਦੀ ਸ਼ੇਰਨੀ ਉਹ ਨਹੀਂ ਆਈ ਹਮ ਹਮ ਅਖਲੇਸ਼ ਸਿੰਘ ਯਾਦਵ ਮੇਰਾ ਖਿਆਲ ਵੀ ਉਹ ਆਗੇ ਸੀ ਸ਼ਾਇਦ ਉਹਨਾਂ ਨੇ ਕੋਈ ਹਾਜ਼ਰੀ ਲੁਆ ਲਈ ਜੀ ਪਰ ਜਿਹੜੀ ਤਸੱਲੀ ਵਾਲੀ ਗੱਲ ਹੋਈ ਹੈ ਕਿ ਉਸ ਮੀਟਿੰਗ ਦੇ ਵਿੱਚ ਕੇਜਰੀਵਾਲ ਹੁਣੀ ਵੀ ਗਏ ਸੀ ਅੱਛਾ ਜੀ ਉਹਨਾਂ ਨੇ ਵੀ ਉਹ ਮੀਟਿੰਗ ਦੇ ਵਿੱਚ ਮੀਟਿੰਗ ਉਹ ਵਰਚੁਅਲ ਮੀਟਿੰਗ ਸੀ ਉਹਦੇ ਵਿੱਚ ਉਹਨਾਂ ਨੇ ਆਪਣੀ ਹਾਜ਼ਰੀ ਲੁਾਈ ਹਮ ਹਮ ਗੱਲਬਾਤ ਹੋਈ ਤੇ ਗੱਲਬਾਤ ਹੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੀਆਂ ਦੋ ਕਮੇਟੀਆਂ ਆਪਸ ਵਿੱਚ ਡਿਸਕਸ ਕਰਦਿਆਂ ਰਹੀਆਂ ਪਹਿਲਾਂ ਦੋ ਮੀਟਿੰਗਾਂ ਹੋ ਚੁੱਕੀਆਂ ਸੀ ਅੱਛਾ ਜੀ ਜਿਹੜੀ ਆਖਰੀ ਮੀਟਿੰਗ ਹੋਈ ਸੀ ਉਹਦੇ ਵਿੱਚ ਰघव ਚੱਡਾ ਵੀ ਸੀ ਜੀ ਦੇ ਵਿੱਚ ਉਹਨਾਂ ਨੇ ਸੀਟ ਅਡਜਸਟਮੈਂਟ ਨੂੰ ਲੈ ਕੇ ਗੱਲਬਾਤ ਕੀਤੀ ਸੀ ਭਾਰਤ ਪੱਤਰ ਦੀ ਔਰ ਫਿਰ ਜਿਹੜੀ ਕੇਜਰੀਵਾਲ ਉਹਨਾਂ ਦੀ ਮੀਟਿੰਗ ਹੋਈ ਕੇਜਰੀਵਾਲ ਹੁਣੀ ਗਏ ਹੈ ਮਲਕਰ ਜਨੂੰ ਖੜਗੇ ਵੀ ਮਿਲਦੇ ਹੈ ਹਮਮ ਔਰ ਰਾਹੁਲ ਗਾਂਧੀ ਵੀ ਮਿਲਦੇ ਤੇ ਫਿਰ ਉਹਨਾਂ ਦੀ ਗੱਲਬਾਤ ਹੁੰਦੀ ਹੈ ਤੇ ਬਾਅਦ ਜਿਹੜੀ ਜੁਆਇੰਟ ਸਟੇਟਮੈਂਟ ਵੀ ਹੁੰਦੀ ਹੈ ਹਮਮ ਉਹਦੇ ਤੇ ਵੀ ਉਹਨਾਂ ਨੇ ਕਿਹਾ ਕਿ ਸਾਡੀ ਗੱਲਬਾਤ ਜਿਹੜੀ ਹੈਗੀ ਬਹੁਤ ਤਸੱਲੀ ਬਖਸ਼ ਜੀ ਉਹਨਾਂ ਤਸੱਲੀ ਬਖਸ਼ ਦੇ ਵਿੱਚੋਂ ਨਿਕਲਦਾ ਕੀ ਹੈ ਜੀ ਆਪਾਂਜ ਵਿੱਚ ਪਹਿਲਾ ਕੇਂਦਸੀ ਕਿ ਸ਼ਾਇਦ ਜੇ ਪੰਜਾਬ ਦੇ ਵਿੱਚ ਇਹਨਾਂ ਨੇ ਸਮਝੌਤਾ ਕਰ ਲਿਆ ਆਮ ਆਦਮੀ ਪਾਰਟੀ ਨੇ ਤੇ ਕਾਂਗਰਸ ਨੇ ਹੂੰ ਹੂੰ ਤੇ ਜਿਹੜੀ ਐਂਟੀ-ਇੰਕੰਮਬੈਂਸੀ ਵੋਟ ਹੈ ਉਹ ਐਂਟੀ-ਇੰਕੰਮਬੈਂਸੀ ਵਾਲੀ ਵੋਟ ਜਿਹੜੀ ਹੈ ਉਹ ਫਿਰ ਵਿਰੋਧੀ ਧਿਰ ਵਾਲੇ ਪਾਸੇ ਜਾ ਸਕਦੀ ਹੈ ਹੂੰ ਹੂੰ ਕਿਉਂਕਿ ਜਿਵੇਂ ਪ੍ਰਗਟ ਸਿੰਘ ਹੋਰਾਂ ਨੇ ਕਿਹਾ ਸੀ ਕਿ ਲੋਕਾਂ ਨੇ ਫਤਵਾ ਜਿਹੜਾ ਦਿੱਤਾ ਉਹਦੇ ਵਿੱਚ ਹਕੂਮਤ ਦਿੱਤੀ ਆਮ ਆਦਮੀ ਪਾਰਟੀ ਨੂੰ ਹੂੰ ਹੂੰ ਆਪੋਜੀਸ਼ਨ ਦੀ ਭੂਮਿਕਾ ਨਿਭਾਉਣ ਦੀ ਜ਼ਿੰਮੇਵਾਰੀ ਪਈ ਹੈ ਕਾਂਗਰਸ ਪਾਰਟੀ ਤੇ ਹੂੰ ਹੂੰ ਅਕਾਲੀ ਦਲ ਭਾਜਪਾ ਤਾਂ ਕਿਸੇ ਗਿੰਤੀ-ਮਿੰਤੀ ਦੀ ਹੈ ਨਹੀਂ ਜੀ ਜੇ ਜੇ ਉਹ ਕਹਿੰਦੇ ਵੀ ਅਸੀਂ ਇਹ ਭੂਮਿਕਾ ਨਿਭਾਉਣ ਤੋਂ ਹਟ ਕੇ ਹੂੰ ਹੂੰ ਤੇ ਸੱਤਾਧਾਰੀ ਧਿਰ ਦੇ ਨਾਲ ਗੱਲਬਾਤ ਕਢੀ ਹੋ ਜਾਗੇ ਜੀ ਤਾਂ ਇਹਦਾ ਮਤਲਬ ਇਹ ਹੈ ਕਿ ਫਿਰ ਸਾਡੇ ਵਾਲੀ ਜਿਹੜੀ ਖਾਲੀ ਕੀਤੀ ਹੋਈ ਜਗ੍ਹਾ ਉੱਥੇ ਅਕਾਲੀ ਦਲ ਜਾਂ ਭਾਜੀਪੀ ਦਾ ਗੱਠਜੋੜ ਜੇ ਬਣਦਾ ਹੈ ਹੂੰ ਸਭ ਇਕੱਠਾ ਗੱਠਜੋੜ ਆ ਜਾਊਗਾ ਨਹੀਂ ਤਾਂ ਅਕਾਲੀ ਦਲ ਕਲਾ ਆ ਜਾਊਗਾ ਜੀ ਕਿਉਂਕਿ ਅਕਾਲੀ ਦਲ ਦੇ ਕੋਲ 18 19% ਵੋਟਾਂ ਤਾਂ ਹਲੇ ਵੀ ਹੈਗੀਆਂ ਹੂੰ ਹੂੰ ਭਾਵੇਂ ਉਹਨਾਂ ਦੇ ਕੋਲੇ ਪਾਰਲੀ ਆਪਣੇ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਉਹਨਾਂ ਨੂੰ ਵੋਟਾਂ ਜੀ ਅ ਪਿਛਲੀ ਵਾਰੀ ਨਾਲੋਂ ਵੀ ਘੱਟ ਹੀ ਪੰਗਾ ਸੀ ਸਾਇਤ ਕੀ 2022 ਦੇ ਵਿੱਚ ਤਾਂ ਉਹਨਾਂ ਸਿੱਟੇ ਹੀ ਦੋਰਾਈਆਂ ਸੀ ਜੀ ਪਰ ਇਹਦੇ ਬਾਵਜੂਦ ਉਹਨਾਂ ਕੋਲ ਵੋਟਾਂ ਤਾਂ ਹੈਗੀਆਂ ਨਾ ਤੇ ਕੁਝ ਐਂਟੀ ਇੰਕੰਮਬੈਂਸੀ ਵਾਲੀ ਵੋਟ ਮਿਲ ਕੇ ਉਹ ਇੱਕ ਧਿਰ ਦੇ ਵੱਜੋਂ ਆ ਜਾਣਗੇ ਤੇ ਫਿਰ 2027 ਦੇ ਲਈ ਇੱਕ ਇੱਕ ਵੱਡੀ ਜਿਹੜੀ ਹੈ ਚਿੰਤਾ ਦਾ ਵਿਸ਼ਾ ਬਣ ਸਕਦੀ ਇਹਨਾਂ ਦੇ ਲਈ ਹੂੰ ਹੂੰ ਸੋ ਇਹ ਗੱਲਾਂ ਜਦੋਂ ਹੋਈਆਂ ਤੇ ਉੱਥੇ ਫਿਰ ਕਹਿੰਦੇ ਮੀਟਿੰਗ ਦੇ ਵਿੱਚ ਵੀ ਇਹ ਗੱਲ ਹੋਈ ਕਿ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦਾ ਆਧਾਰ ਕਿੱਥੇ-ਕਿੱਥੇ ਹੈ ਜੀ ਬੀਜੇਪੀ ਦਾ ਆਧਾਰ ਕਿੱਥੇ ਕਿੱਥੇ ਹੈ ਜਿੱਥੇ ਸਾਡੀ ਬੀਜੇਪੀ ਨਾਲ ਟਕਰਾਏ ਦੇਖੋ ਦਾਨੀਆ ਜੀ ਦੱਖਣੀ ਭਾਰਤ ਦੇ ਵਿੱਚ ਬੀਜੇਪੀ ਕੋਈ ਚੁਣੌਤੀ ਨਹੀਂ ਹੈ ਇਸ ਵੇਲੇ ਜੀ ਕਿਉਂਕਿ ਤਾਮਿਲਨਾਡੂ ਦੇ ਵਿੱਚ ਹੂੰ ਹੂੰ ਡੀਐਮਕੇ ਪਾਵਰਫੁੱਲ ਹੈ ਜੀ ਕਰਨਾਟਕਾ ਦੇ ਵਿੱਚ ਆਪਾਂ ਦੇਖੀਏ ਤਾਂ ਉੱਥੇ ਇਸ ਵੇਲੇ ਕਾਂਗਰਸ ਪਾਰਟੀ ਹੈ ਜਿਹੜੀ ਉਹ ਉੱਪਰ ਦੀ ਹੈ ਹੂੰ ਹੂੰ ਪੂਰਾ ਮੁਕਾਬਲਾ ਉੱਥੇ ਹੋਊ ਥੋੜਾ ਬਹੁਤ ਉੱਥੇ ਕਿਸੇ ਨਾ ਕਿਸ ਜਮੈਂਟ ਲੋਕਲ ਪਾਰਟੀ ਨਾਲ ਹੋ ਸਕਦੀ ਹੈ ਪਰ ਇਹ ਆਪਾਂ ਦੇਖੀ ਜਿੱਥੇ ਲੈਫਟ ਵਾਲਿਆਂ ਦਾ ਦਬਦਬਾ ਹੈ ਕੇਰਲਾ ਦੇ ਵਿੱਚ ਉੱਥੇ ਬੀਜੇਪੀ ਦੇ ਕੋਲੇ ਭਾਵੇਂ ਵੋਟ ਪਰਸੈਂਟ ਹੈ ਗਿਆ ਪਰ ਉਹ ਉਸ ਕਿਸਮ ਦੀ ਕੋਈ ਚੁਣੌਤੀ ਨਹੀਂ ਹੈ ਜੀ ਉੱਥੇ ਵੀ ਉਹ ਕਾਂਗਰਸ ਤੇ ਲੈਫਟ ਵਾਲੇ ਆਪਸ ਵਿੱਚ ਲੜਦੇ ਹੈ ਹਮਮ ਇਹਹੀ ਸਥਿਤੀ ਰਹੇਗੀ ਤੁਹਾਡੀ ਬੰਗਾਲ ਦੀ ਜੀ ਬੰਗਾਲ ਦੇ ਵਿੱਚ ਮਮਤਾ ਬੇਨਰਜੀ ਨੇ ਕਹਿੰਦਾ ਸੀਟਾਂ ਦੋ ਲੈ ਲਓ ਬੱਤਵਾ ਦੋ ਹੋਰ ਦੇ ਦੂੰਗੀ ਚਾਰ ਦੇ ਦੂੰ ਹੂੰ ਹੂੰ ਪਰ ਉੱਥੇ ਉਹਨਾਂ ਨੂੰ ਇਹ ਪਤਾ ਵੀ ਜੇ ਲੈਫਟ ਵਾਲੇ ਔਰ ਕਾਂਗਰਸ ਤੇ ਮਮਤਾ ਬੇਨਰਜੀ ਮਿਲ ਕੇ ਲੜਨ ਲੱਗੇ ਹੂੰ ਹੂੰ ਤਾਂ ਫਿਰ ਬੀਜੇਪੀ ਲਈ ਮੈਦਾਨ ਖੁੱਲਾ ਹੋ ਜਾਊਗਾ ਹੂੰ ਹੂੰ ਫਿਰ ਉੱਥੇ ਬੀਜੇਪੀ ਤਾਂ ਇੱਕ ਧਿਰ ਵੀ ਹੈਗੀ ਐ ਜੀ ਤੇ ਬੀਜੇਪੀ ਨੂੰ ਫਿਰ ਐਂਟਰੀ ਇਨ ਕੰਪੈਂਸੀ ਵੋਟ ਪੈ ਸਕਦੀ ਐ ਹੂੰ ਹੂੰ ਇਹ ਸਾਰਾ ਕੁਝ ਵਿਚਾਰਨ ਤੋਂ ਬਾਅਦ ਫਿਰ ਜਿਹੜੀ ਜੋ ਹੁਣ ਖਬਰਾਂ ਖਬਰਾਂ ਆ ਰਹੀਆਂ ਮੈਂ ਹਿੰਦੁਸਤਾਨ ਨੂੰ ਪੜ ਰਿਹਾ ਸੀ ਜੀ ਹਿੰਦੁਸਤਾਨ ਵੀ ਹਿੰਦੁਸਤਾਨ ਟਾਈਮਜ਼ ਲਾਈਕ ਹਿੰਦੀ ਦਾ ਪੇਪਰ ਆ ਉਹਦੇ ਵਿੱਚ ਜਿਹੜੀ ਬ੍ਰੇਕਿੰਗ ਨਿਊਜ਼ ਆ ਗਈ ਸੀ ਉਹ ਬ੍ਰੇਕਿੰਗ ਨਿਊਜ਼ ਦੇ ਵਿੱਚ ਇਹ ਆਈ ਸੀ ਕਿ ਇਹਨਾਂ ਨੇ ਇਹ ਫੈਸਲਾ ਕਰ ਲਿਆ ਜੀ ਕਿ ਜਿੱਥੇ ਬੀਜੇਪੀ ਚੁਣੌਤੀ ਨਹੀਂ ਹੂੰ ਹੂੰ ਉੱਥੇ ਜਿਹੜੇ ਹੈਗੇ ਐ ਸਾਨੂੰ ਆਪਸੀ ਮੁਕਾਬਲੇ ਤੋਂ ਨਹੀਂ ਡਰਨਾ ਚਾਹੀਦਾ ਨਹੀਂ ਡਰਨਾ ਚਾਹੀਦਾ ਜਿੱਥੇ ਬੀਜੇਪੀ ਹੁਣ ਪੰਜਾਬ ਦੇ ਵਿੱਚੋਂ ਕਹਿੰਦੇ ਬੀਜੇਪੀ ਚੁਣੌਤੀ ਹੈ ਨੀ ਚੁਣੌਤੀ ਹੈ ਨੀ ਤੇ ਫਿਰ ਅਸੀਂ ਮਿਲ ਕੇ ਕਿਉਂ ਲੜੀਏ ਚੋਣਾਂ ਅਲੱਗ ਅਲੱਗ ਕਿਉਂ ਲੜਗੇ ਬਿਲਕੁਲ ਜਿੰਨੀਆਂ ਵੀ ਸੀਟਾਂ ਆਉਣਗੀਆਂ ਕੁਝ ਆਪ ਵਾਲੇ ਜਿੱਤ ਜਾਣਗੇ ਕੁਝ ਕਾਂਗਰਸ ਵਾਲੇ ਜਿੱਤ ਜਾਣਗੇ ਇੱਕ ਅੱਧੀ ਕੋਈ ਭਾਜਪਾ ਜਾਂ ਅਕਾਲੀ ਦਲ ਜਾਂ ਸੰਗਤ ਲੈ ਜੂਏ ਦਲ ਲੈ ਜੇ ਜੇ 13 ਦੇ ਵਿੱਚੋਂ 12 ਸੀਟਾਂ ਉਹਨਾਂ ਦੇ ਕੋਲੇ ਜਾ ਸਕਦੀਆਂ ਹੂੰ ਹੂੰ ਤਾਂ ਇਹਦਾ ਮਤਲਬ ਇਹ ਹੈ ਕਿ ਫੇਰ ਉਹਨਾਂ ਨੂੰ ਆਪਸੀ ਲੜਾਈ ਦਾ ਨੁਕਸਾਨ ਨੁਕਸਾਨ ਤਾਂ ਕੋਈ ਨਹੀਂ ਨੁਕਸਾਨ ਤਾਂ ਕੋਈ ਨਹੀਂ ਫਾਇਦਾ ਹੀ ਫਾਇਦਾ ਹੈ ਹੂੰ ਹੂੰ ਔਰ ਇਹਦੀ ਗਵਾਹੀ ਅੱਜ ਮਿਲ ਗਈ ਹੈ ਜੀ ਅੱਜ ਤੁਸੀਂ ਦੇਖੋ ਕਿ ਚੰਡੀਗੜ੍ਹ ਦੇ ਵਿੱਚ ਜਿਹੜੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਹੋਣੀ ਹੈ ਜੀ ਉਥੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੀ ਅੰਡਰਸਟੈਂਡਿੰਗ ਹੋ ਗਈ ਹੈ ਹਮਮ ਅਰ ਇਹਦਾ ਬਕਾਇਦਾ ਐਲਾਨ ਕਰ ਦਿੱਤਾ ਹੈ ਆਪਣੇ ਪਵਨ ਬਾਂਸਲ ਹੋਰਾਂ ਨੇ ਜੀ ਕਿਉਂਕਿ ਪਵਨ ਬਾਂਸਲ ਜਿਹੜੇ ਹੈਗੇ ਚੰਡੀਗੜ੍ਹ ਨੂੰ ਰਿਪਰੈਜ਼ੈਂਟ ਕਰਦੇ ਰਹੇ ਹਮਮ ਉਹਨਾਂ ਨੇ ਦੱਸਤਾ ਕਿ ਮੇਅਰ ਦਾ ਕੈਂਡੀਡੇਟ ਹੋਊਗਾ ਆਮ ਆਦਮੀ ਪਾਰਟੀ ਦਾ ਜੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਇਹ ਕਾਂਗਰਸ ਪਾਰਟੀ ਦੇ ਹੋਣਗੇ ਕਾਂਗਰਸ ਪਾਰਟੀ ਦੇ ਕੋਲੇ 7 ਸੀਟਾਂ ਉਥੇ ਜੀ ਔਰ ਇਸ ਦੇ ਕੁਲ ਮਿਲਾ ਕੇ ਦੇਖੀਏ ਤਾਂ ਇਹਨਾਂ ਦੇ ਕੋਲੇ 20 ਦੇ ਕਰੀਬ ਬਣ ਜਾਂਦੇਗੇ ਹੂੰ ਹੂੰ ਉਹਨਾਂ ਦੇ ਕੋਲੇ ਮੇਰੇ ਖਿਆਲ 16 ਕ ਬਣਦੀਆਂ ਵਿੱਚ ਜੇ ਕਿਰਨ ਖੇੜ ਦੀ ਵੀ ਪਾ ਲਈਏ ਤਾਂ ਜੀ ਤਾਂ ਉੱਥੇ ਇਹ ਤਿਰਜਿਤਦੀ ਹੈ ਹੂੰ ਹੂੰ ਇਹਦਾ ਮਤਲਬ ਇਹ ਹੈ ਕਿ ਸ਼ਾਇਦ ਚੰਡੀਗੜ੍ਹ ਦੀ ਸੀਟ ਜਿਹੜੀ ਹੈ ਉਹ ਵੀ ਕਾਂਗਰਸ ਪਾਰਟੀ ਦੇ ਹਿੱਸੇ ਚਲੀ ਜਾਵੇ ਜੀ ਔਰ ਇੱਥੇ ਦੀਆਂ 13 ਸੀਟਾਂ ਜਿਹੜੀਆਂ ਹੈਗੀਆਂ ਇਹ ਅਲੱਗ-ਅਲੱਗ ਹੀ ਆਪਸ ਵਿੱਚ ਲੜਨ ਲੜਨ ਕਿਉਂਕਿ ਜਿਹੜੀ ਉੱਥੇ ਅੱਜ ਜਿਹੜੀ ਚੰਡੀਗੜ੍ਹ ਦੇ ਵਿੱਚ ਮੇਅਰ ਵਾਲੀ ਗੱਲ ਹੋ ਗਈ ਹੈ ਜੇ ਤਾਂ ਮੇਅਰ ਦਾ ਉਹਦਾ ਜਾਂਦਾ ਕਾਂਗਰਸ ਕੋਲੇ ਜੀ ਤਾਂ ਫੇਰੇ ਦਾ ਮਤਲਬ ਹੈ ਕਿ ਜਿਹੜੀ ਸੀਟ ਸੀ ਹਾਂ ਉਹ ਜਾਨੀ ਸੀਗੀ ਉਹਨਾਂ ਦੇ ਹਿੱਸੇ 'ਚ ਇਹਨਾਂ ਦੇ ਹਿੱਸੇ 'ਚ ਹੁਣ ਉਹ ਜਿਹੜੇ ਮੇਅਰ ਦਾ ਦੇ ਕੇ ਰਤਬਾ ਮੇਅਰ ਦਾ ਰਤਬਾ ਵੀ ਤਾਂ ਮਤਲਬ ਕੋਈ ਛੋਟਾ ਨਹੀਂ ਨਾ ਉਹ ਵੀ ਪਾਰਲੀਮੈਂਟ ਦੇ ਮੈਂਬਰ ਵਰਗਾ ਹੈ ਬਿਲਕੁਲ ਬਿਲਕੁਲ ਹੁਣ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਮੰਗਿਆ ਸੀ ਦਫ਼ਤਰ ਬਣਾਉਣ ਵਾਸਤੇ ਜਗ੍ਹਾ ਮੰਗੀ ਸੀ ਤੇ ਗਵਰਨਰ ਸਾਹਿਬ ਨੇ ਰਿਫਿਊਜ਼ ਕਰਤਾ ਸੀ ਕਿ ਜੀ ਤੁਹਾਡੀ ਤਾਂ ਚੰਡੀਗੜ੍ਹ ਦੇ ਵਿੱਚ ਕੋਈ ਹੈ ਹੀ ਨਹੀਂ ਹੈ ਹੀ ਨਹੀਂ ਸੀਟ ਜੀ ਤੁਹਾਡਾ ਤਾਂ ਕੁਝ ਹੈ ਹੀ ਨਹੀਂ ਪਾਰਲੀਮੈਂਟ ਦਾ ਮੈਂਬਰ ਨਹੀਂ ਤੁਹਾਡਾ ਹਾਂ ਹੁਣ ਪਾਰਲੀਮੈਂਟ ਦਾ ਮੈਂਬਰ ਨਾ ਹੋ ਕੇ ਜੇ ਮੇਰ ਉਹਨਾਂ ਦਾ ਆ ਗਿਆ ਤਾਂ ਉਹਨਾਂ ਦਾ ਕਲੇਮ ਬਣਦਾ ਹੈ ਕਲੇਮ ਬਣਦਾ ਹੈ ਇਸ ਕਰਕੇ ਮਤਲਬ ਹੈ ਮੇਰੇ ਘਰ ਮੁਤਾਬਕ ਉਹ ਚੰਡੀਗੜ੍ਹ ਅੰਦਰ ਜਾਊਗੀ ਉਧਰ ਪਰ ਪੰਜਾਬ ਦੇ ਵਿੱਚ ਸਮਝੌਤਾ ਹਾਲ ਦੀ ਘੜੀ ਹੂੰ ਹੂੰ ਮੈਨੂੰ ਲੱਗਦਾ ਲਟਕ ਗਿਆ ਤੁਹਾਡੇ ਵਾਲੀ ਗੱਲ ਉਹ ਪੈਂਡੂਲਮ ਹੀ ਹੈ ਉਹ ਤਾਂ ਪੈਂਡੂਲਮ ਬਣ ਗਿਆ ਲਟਕ ਗਿਆ ਹਾਂ ਸੁਈਆਂ ਚੱਲੀ ਜਾਣਗੀਆਂ ਸੁਈਆਂ ਸੁਈਆਂ ਚੱਲੀ ਜਾਣਗੀਆਂ ਪਰ ਸਮਝੌਤਾ ਹੁੰਦਾ ਨਹੀਂ ਸਮਝੌਤਾ ਨਹੀਂ ਹਾਂ ਬਿਲਕੁਲ ਤੇ ਹੁਣ ਆਪਾਂ ਗੱਲ ਕਰੀਏ ਜੀ ਬੀ ਲੈنس ਜਿਹੜਾ ਸਮਝੌਤਾ ਹੋਇਆ ਸੀਗਾ ਆਪਣੇ ਬਿਜਲੀ ਦਾ ਸਮਝੌਤਾ ਵੀ ਲੰਸੋ ਫਾਈਲਾਂ ਤੋਂ ਕਹਿੰਦੇ ਗਰਦ ਝਾੜ ਲਈ ਹੈ ਜੀ। ਦਨੈਲੀਏ ਜੀ ਦੇਖੋ ਜਦੋਂ ਸਮਝੌਤੇ ਹੋਏ ਐ ਜੀ 2007 ਚ ਕਾਲੀ ਭਾਜਪਾ ਸਰਕਾਰ ਬਣੀ ਸੀ। ਹੂੰ ਹੂੰ ਤੇ 2007 ਤੋਂ ਲੈ ਕੇ 17 ਦੇ ਦਰਮਿਆਨ ਜਿਹੜੇ ਸਮਝੌਤੇ ਹੋਏ ਐ ਜੀ ਉਹਨਾਂ ਸਮਝੌਤਿਆਂ ਦੇ ਵਿੱਚ ਸਮਝ ਲਓ ਵੀ ਇਕ ਤਾਂ ਤਲਵੰਡੀ ਵਾਲਾ ਥਰਮਲ ਪਲਾਂਟ ਆ ਗਿਆ। ਹੂੰ ਹੂੰ ਇਕ ਰਾਜਪੁਰੇ ਵਾਲਾ ਥਰਮਲ ਪਲਾਂਟ ਆ ਗਿਆ ਦੋ ਵੱਡੇ ਥਰਮਲ ਪਲਾਂਟ ਸੀਗੇ। ਜੀ ਇਹਨਾਂ ਥਰਮਲ ਪਲਾਂਟਾਂ ਦੇ ਨਾਲ ਜਿਹੜੇ ਸਮਝੌਤੇ ਹੋਏ ਸੀ ਉਹਨਾਂ ਸਮਝੌਤਿਆਂ ਬਾਰੇ ਕਿੰਤੂ ਪਰੰਤੂ ਉਦੋਂ ਹੋਇਆ ਸੀ ਕਿ ਸਮਝੌਤੇ ਬਹੁਤ ਮਹਿੰਗੇ ਹੋ ਗਏ। ਹੂੰ ਹੂੰ ਫਿਰ ਇਹ ਵੀ ਗੱਲ ਆ ਗਈ ਹਾਰੀ ਸੀ ਜੀ ਵੀ ਹਿੱਸੇ ਪੱਤੀਆਂ ਤਾਂ ਪਹਿਲਾਂ ਹੀ ਰੱਖੇ ਜਾਂਦੇ ਜੀ ਔਰ ਉਸ ਵੇਲੇ ਅਕਾਲੀ ਦਲ ਵਾਲੀ ਰਾਜਪਾਗ ਦੇ ਵਿੱਚ ਸੀ ਭਾਜਪਾ ਰਾਜਪਾਗ ਦੇ ਵਿੱਚ ਸੀ ਜਿਆਦਾ ਰੌਲਾ ਜਿਹੜੀ ਹੈ ਕਾਂਗਰਸ ਪਾਰਟੀ ਪਾਉਂਦੀ ਹੁੰਦੀ ਸੀ ਹੂੰ ਹੂੰ ਕਿਉਂਕਿ ਆਮ ਆਦਮੀ ਪਾਰਟੀ ਤਾਂ ਸਕਰੀਨ ਦੇ ਉੱਤੇ ਆਉਂਦੀ ਹੈ 2014 ਚ ਜੀ 7 ਤੋਂ ਲੈ ਕੇ ਜਿਹੜੀ ਹੈਗੀ 7 ਸਾਲਾਂ ਤੱਕ ਤਾਂ ਆਮ ਆਦਮੀ ਪਾਰਟੀ ਦੀ ਪੰਜਾਬ ਚ ਕੋਈ ਹੋ ਤਾਂ ਹੈ ਨਹੀਂ ਸੀ ਜਿਆਦਾ ਰੌਲਾ ਗੋਲਾ ਇਹੀ ਪਾਉਂਦੇ ਹੁੰਦੇ ਸੀ 12 ਦੇ ਵਿੱਚ ਇਲੈਕਸ਼ਨ ਹੁੰਦੀ ਹੈ ਜੀ ਔਰ ਉਸ ਵੇਲੇ ਵੀ ਕਾਂਗਰਸ ਪਾਰਟੀ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਵੀ ਇਹ ਕਿਹਾ ਸੀ ਕਿ ਜੇ ਅਸੀਂ ਪਾਵਰ ਦੇ ਵਿੱਚ ਆ ਗਏ ਤਾਂ ਅਸੀਂ ਇਹਦੀ ਜਿਹੜੀ ਹੈਗੀ ਜਾਂਚ ਕਰਾਵਾਂਗੇ ਜੀ ਅਗਾਹ ਜਿਹੜਾ ਹੈਗਾ 12 ਤੋਂ ਲੈ ਕੇ ਫਿਰ 17 ਤੱਕ ਅਕਾਲੀ ਦਲ ਆ ਗਏ ਤੇ ਸਮਝੌਤੇ ਫੇਰ ਹੋ ਗਏ ਜੀ ਔਰ ਉਸ ਤੋਂ ਬਾਅਦ ਫਿਰ ਕਾਂਗਰਸੀ ਸਰਕਾਰ ਆਈ ਕਾਂਗਰਸੀ ਸਰਕਾਰ ਨੇ ਕਿਹਾ ਜੇ ਅਸੀਂ ਆ ਕਰਦੇ ਆ ਕਰਦੇ ਆ ਲੇਕਿਨ ਗੱਲ ਉਹਦੇ ਵਿੱਚ ਬਣੀ ਨਹੀਂ ਹੂੰ ਹੂੰ ਉਹ ਤਾਂ ਫੇਰ ਆ ਗਈ ਆਮ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਹਮੇਸ਼ਾ ਇਹ ਕਹਿੰਦੀ ਸੀ ਤਾਂ ਰਲ ਗਏ ਆਪਸ ਰਲ ਗਏ ਕਾਲੀ ਦਲ ਤੇ ਜਿਹੜੇ ਕਾਂਗਰਸ ਵਾਲੇ ਰਲ ਗਏ ਇਹਨਾਂ ਨੇ ਕਰਨਾ ਕੀ ਹੈ ਤੇ ਅਸੀਂ ਕਰਾਂਗੇ ਜਦੋਂ ਅਸੀਂ ਪਾਵਰ 'ਚ ਆ ਗਏ ਹਮਮ ਖੈਰ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਦੀ ਹਕੂਮਤ ਦੇ ਵਿੱਚ ਵੀ ਕੁਝ ਸਮਝੌਤੇ ਹੋਏ ਜੀ ਪਰ ਉਹ ਜਿਹੜੇ ਸਮਝੌਤੇ ਹੋਏ ਆ ਕਾਂਗਰਸ ਦੀ ਹਕੂਮਤ ਵੇਲੇ ਹੋਇਆ ਸੌਰ ਊਰਜਾ ਸੌਰ ਊਰਜਾ ਸੂਰਜੀ ਊਰਜਾ ਵਾਲੇ ਜਿਹੜੇ ਸੋਲਰ ਸੋਲਰ ਵਾਲੇ ਪਲਾਂਟਾਂ ਵਾਲੇ ਸੋਲਰ ਪਲਾਂਟਾਂ ਵਾਲੇ ਜਿਹੜੇ ਹੈਗੇ ਸਮਝੌਤੇ ਉਦੋਂ ਵੀ ਹੋਏ ਹੁਣੇ ਦੋ ਕਿਸਮ ਦੀ ਜਿਹੜੀ ਹੈਗੀ ਇਹਦੇ ਵਿੱਚ ਜਿਹੜੀਆਂ ਕਮੀਆਂ ਦੀ ਗੱਲ ਕਰਦੇ ਇੱਕ ਤਾਂ ਕਮੀ ਇਹ ਗੱਲ ਕਰਦੇ ਆ ਕਿ ਜਿਹੜਾ ਥਰਮਲ ਪਲਾਂਟ ਰਾਜਪੁਰਾ ਹਮ ਹਮ ਔਰ ਤਲਵੰਡੀ ਵਾਲਾ ਜੀ ਇਹਦੇ ਲਈ ਜਿਹੜੇ ਸਮਝੌਤੇ ਕੀਤੇ ਇਹਦੇ ਵਿੱਚ ਗੜਬੜ ਬਹੁਤ ਵੱਡੇ ਪੱਧਰ ਤੇ ਹੋਈ ਸੀ ਹੈਵੀ ਕੰਪਨੀਆਂ ਆ ਵੱਡੀਆਂ ਇਹ ਕੰਪਨੀਆਂ ਵੱਡੀਆਂ ਦੂਜਾ ਆ ਗਿਆ ਸੀ ਕਿ ਜਿਹੜੇ ਬਣੇ ਆ ਤੁਹਾਡੇ ਸੋਲਰ ਪਲਾਂਟਾਂ ਵਾਲੇ ਮਾਮਲੇ ਹਮ ਹਮ ਉਹਦੇ ਵਿੱਚ ਬਹੁਤ ਕੁਸ਼ ਹੋਇਆ ਜੀ ਉਹਦੇ ਵਿੱਚ ਕਹਿੰਦੇ ਜਿਹੜੇ ਰੇਟ ਫਿਕਸ ਹੋਇਆ ਦਾਣੇ ਲਿਆ ਜੀ ਉਹ ਰੇਟ ਕਹਿੰਦੇ ਇਸ ਢੰਗ ਨਾਲ ਫਿਕਸ ਹੋਇਆ ਵੀ ਕਿਤੇ ਤਾਂ ਬਿਲਕੁਲ ਹੀ ਘੱਟ ਜੀ ਤੁਕ ਇਹ ਬਹੁਤ ਜਿਆਦਾ ਰੇਟ ਹੋਗੇ ਤਿਗਨੇ ਚੌਗਨੇ ਹੋਗੇ ਹੂੰ ਹੂੰ ਜਿਹੜੇ ਤਿਗਨੇ ਚੌਗਨੇ ਹੋਏ ਆ ਕਹਿੰਦੇ ਉੱਤੇ ਕਿਨੇ ਚੌਗਨੇ ਉਹ ਰੂਪ ਰੇਟ ਆਏ ਜਿਹੜੇ ਰੇਟਾਂ ਦੇ ਵਿੱਚ ਅਕਾਲੀ ਆਗੂਆਂ ਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਭੂਮਿਕਾ ਭੂਮਿਕਾ ਹੈਗੀ ਸੀ ਹੂੰ ਹਿੱਸੇਦਾਰੀਆਂ ਵਾਲੀ ਗੱਲ ਹੈਗੀ ਕੁਝ ਇਸ ਕੰਪਨੀਆਂ ਤੋਂ ਗਾਂ ਸ਼ੇਅਰ ਖਰੀਦੇ ਹੁੰਦੇ ਕੁਝ ਵੀ ਖਰੀਦੇ ਹੁੰਦੇ ਹੁੰਦੇ ਔਰ ਜਿਹੜੀ ਇਹ ਨਵਿਆਉਣ ਜੋਗ ਜਾਂ ਜਿਹਨੂੰ ਆਪਾਂ ਗ੍ਰੀਨ ਜਾਂ ਜਿਹੜੀ ਐਸੋ ਜੂਨਟ ਤੱਕ ਦੀਆਂ ਗੱਲਾਂ ਚੱਲੀਆਂ ਸੀ ਹਾਂ ਸੂਰਜੀ ਊਰਜਾ ਵਾਲੀ ਗੱਲ ਕੀਤੀ ਹੈ ਤੇ ਇਹ ਸੂਰਜੀ ਊਰਜਾ ਵੀ ਜਿਹੜੀ ਆ ਅਕਾਲੀ ਦਲ ਦੇ ਇੱਕ ਪਰਿਵਾਰਕ ਮੈਂਬਰ ਕੋਲ ਹੀ ਹੁੰਦੀ ਸੀ ਹਾਂ ਹਾਂ ਹਜੇ ਵੀ ਹੈਗੀ ਉਹਨਾਂ ਦੀ ਕੰਪਨੀ ਨਹੀਂ ਨਹੀਂ ਉਹ ਇਹ ਮਹਿਕਮਾ ਵੀ ਉਹਨਾਂ ਕੋਲ ਹੁੰਦਾ ਹੈ ਸੂਰਜੀ ਊਰਜਾ ਵਾਲਾ ਪੇਡਾ ਜਿਹਦੇ ਮਤੈਤ ਆਉਂਦੀ ਹੈ ਇਹ ਵੀ ਉਹਨਾਂ ਤੇ ਆਉਂਦੀ ਸੀ ਤਾਂ ਫਿਰ ਆ ਗਈ ਸੀ ਕਿ ਸਰਕਾਰ ਚਰਨਜੀਤ ਸਿੰਘ ਚੰਨੀ ਹੋਣਾ ਦੀ ਜੀ ਚੰਨੀ ਹੋਰਾਂ ਨੇ ਵੀ ਕਹੇ ਸੀ ਦੀ ਪੜਤਾਲ ਕਰਾਵਾਂਗੇ ਤੇ ਆਪਾਂ ਨੂੰ ਪਤਾ ਚੰਗੀ ਤਰ੍ਹਾਂ ਕਿ ਮਿਸਟਰ ਨਵਜੋਤ ਸਿੰਘ ਸਿੱਧੂ ਜਿਹੜੇ ਕਾਂਗਰਸ ਦੇ ਪ੍ਰਧਾਨ ਵੀ ਬਣਗੇ ਸੀ ਉਹ ਬਹੁਤ ਜ਼ਿਆਦਾ ਇਹਦੇ ਤੇ ਦਬਾਅ ਦੇਦੇ ਤੇ ਜ਼ੋਰ ਪਾਉਂਦੇ ਸੀ ਕਿ ਜੀ ਕਰੋ ਕਰੋ ਇਹ ਤਾਂ ਕਰਨਾ ਹੀ ਪੈਣਾ ਹੂੰ ਹੂੰ ਤਾਂ ਉਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਦਬਾਅ ਥੱਲੇ ਆ ਕੇ ਚੰਨੀ ਸਰਕਾਰ ਨੇ ਜੀ ਇਹ ਮਾਮਲਾ ਜਿਹੜਾ ਹੈ ਸਟੇਟ ਵਿਜੀਲੈਂਸ ਕਮਿਸ਼ਨ ਨੂੰ ਸੌਂਪਦਾ ਸੀ ਅੱਛਾ ਦੇਤਾ ਸੀ ਹਾਂਜੀ ਸਟੇਟ ਵਿਜੀਲੈਂਸ ਜਿਹੜੀ ਹੈਗੀ ਹੈ ਉਹਦੇ ਜਿਹੜੇ ਹੈ ਇੰਚਾਰਜ ਜਾਂ ਕਮਿਸ਼ਨਰ ਜਿਹੜੇ ਸੀਗੇ ਹੂੰ ਹੂੰ ਉਸੀ ਮਿਸਟ ਜਸਟਿਸ ਮਹਿਤਾਬ ਸਿੰਘ ਗਿੱਲ ਜੀ ਅੱਛਾ ਉਹਨਾਂ ਨੇ ਜੇਤਾ ਜਸਟਿਸ ਮਹਿਤਾਬ ਸਿੰਘ ਉਹਨਾਂ ਨੇ ਰਿਕਾਰਡ ਮੰਗਾ ਲਿਆ ਹਮ ਹਮ ਰਿਕਾਰਡ ਉਹਨਾਂ ਕੋਲ ਪਹੁੰਚ ਗਿਆ ਤੇ ਇੰਦੀ ਮੀਨ ਟਾਈਮ ਜਿਹੜੀ ਹੈਗੀ ਆ ਇਲੈਕਸ਼ਨ ਹੋ ਗਈ ਤੇ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਹੁੰਜੀ ਗਈ ਜੀ ਮੁੱਖ ਮੰਤਰੀ ਸਾਹਿਬ ਤਾਂ ਦੋ ਸੀਟਾਂ ਤੇ ਖੜੇ ਹੋਏ ਸੀ ਤੇ ਦੋਨਾਂ ਤੋਂ ਹਾਰ ਗਏ ਹਾਂਜੀ ਔਰ ਆਮ ਆਦਮੀ ਪਾਰਟੀ ਦੀ ਬਣ ਗਈ ਸਰਕਾਰ ਜੀ ਫਿਰ ਦਾ ਨੇੜੀ ਸਾਹਿਬ ਤੁਸੀਂ ਦੇਖਿਆ ਹੋਣਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਚ ਰੈਗੂਲੇਸ਼ਨ ਪਾ ਕੇ ਹਮ ਹਮ ਤੇਰਾ ਬਿਜੀਲੈਂਸ ਕਮਿਸ਼ਨ ਸੀ ਉਹ ਪੰਕ ਕਰਤਾ ਸੀ ਪੰਕ ਕਰਤਾ ਸੀ ਉਹ ਪੰਕਰਤਾ ਸੀ ਤੇ ਉਹਦੀ ਜਿਹੜੀ ਐ ਬਿੱਲ ਭੇਜਦਾ ਸੀ ਪ੍ਰਵਾਨਗੀ ਲਈ ਰਾਜਪਾਲ ਨੂੰ ਲੇਕਿਨ ਰਾਜਪਾਲ ਨੇ ਉਹਨੂੰ ਹੁਣ ਪਿੱਛੇ ਜੇ ਮਨਜ਼ੂਰੀ ਦਿੱਤੀ ਤੇ ਲੰਬਾ ਸਮਾਂ ਮਨਜ਼ੂਰੀ ਨਹੀਂ ਦਿੱਤੀ ਸੀ ਸੋਸ ਜਿਹੜੇ ਵਿਜੀਲੈਂਸ ਕਮਿਸ਼ਨਰ ਸੀ ਜੀ ਉਹ ਆਪਣੀ ਕੁਰਸੀ ਦੇ ਉੱਤੇ ਬਰਕਰਾਰ ਰਹੇ ਮਹਿਤਾਬ ਸਿੰਘ ਗਿਲਹੋਰੀ ਕੋਠੀ ਵੀ ਉਹਨਾਂ ਦੇ ਕੋਲੇ ਜੀ ਕਾਰ ਵੀ ਉਹਨਾਂ ਦੇ ਕੋਲੇ ਹਮ ਤਨਖਾਹ ਵੀ ਉਹਨਾਂ ਨੂੰ ਮਿਲਦੀ ਰਹੀ ਤੇ ਦਫ਼ਤਰ ਵੀ ਉਹਨਾਂ ਨੂੰ ਮਿਲਦਾ ਰਿਹਾ ਲੇਕਿਨ ਕੰਮ ਉਹਨਾਂ ਦੇ ਕੋਲੇ ਕੋਈ ਹੈ ਨਹੀਂ ਸੀ ਇਹ ਕੰਮ ਵੀ ਜਿਹੜਾ ਉਹਨਾਂ ਕੋਲੇ ਗਿਆ ਸੀ ਇਹ ਕੰਮ ਵੀ ਸਮਝ ਲਓ ਵੀ ਕਿਸਮ ਦਾ ਕਿਉਂਕਿ ਜਦੋਂ ਸਰਕਾਰ ਦਾ ਸਹਿਯੋਗ ਨਾ ਮਿਲੇ ਤੇ ਫਿਰ ਇਨਕੁਆਇਰੀ ਹੋ ਸਿਰੇ ਨਹੀਂ ਚੜਦੀ ਬਿਲਕੁਲ ਹੁਣ ਆਲ ਪਾਵਰਫੁਲ ਵਿਜੀਲੈਂਸ ਹੋ ਗਈ ਹਮਮ ਵਿਜੀਲੈਂਸ ਕਮਿਸ਼ਨ ਨੂੰ ਤੋੜਿਆ ਇਸ ਕਰਕੇ ਸੀ ਉਹ ਕਹਿੰਦੇ ਸੀ ਵੀ ਵਿਜੀਲੈਂਸ ਕਮਿਸ਼ਨ ਤਾਂ ਜਿਹੜਾ ਹੈਗਾ ਇਹ ਕੋਈ ਸੇ ਕੰਮ ਦੀ ਚੀਜ਼ ਨਹੀਂ ਜੀ ਅਸੀਂ ਮਜ਼ਬੂਤ ਲੋਕਪਾਲ ਬਣਾਉਣੇ ਹਮਮ ਲੋਕਪਾਲ ਤਾਂ ਦਾਨੀੜੀ ਜੀ ਪਹਿਲਾਂ ਵੀ ਪੰਜਾਬ 'ਚ ਬਣਿਆ ਹੋਇਆ ਆ ਬਣਿਆ ਵੇ ਔਰ ਉਹ ਲੋਕਪਾਲ ਨੇ ਪਿੱਛੇ ਜੀ ਆਪਣੀ ਬੀਬੀ ਜਿਹੜੀ ਹੈਗੀ ਹੈ ਡਾਕਟਰ ਆ ਐਮ ਐਲ ਏ ਅਮਨਜੋਤ ਕੌਰ ਹੈ ਕਿ ਅਮਨਜੀਤ ਕੌਰ ਹੈ ਇਹ 20 ਮੋਗੇ ਵਾਲੀ ਉਹਨੂੰ ਉਹਨਾਂ ਦੇ ਇੱਕ ਪੀਐਨਪ ਉਹਦੇ ਨਾਲ ਦੇ ਖਲਾਫ ਇਲਜ਼ਾਮ ਇਲਜ਼ਾਮ ਵੀ ਲਾਤੇ ਸੀ ਹਾਂ ਔਰ ਉਹਦੇ ਚ ਉਹਨਾਂ ਨੇ ਨੋਟਿਸ ਵੀ ਜਾਰੀ ਕਰਤਾ ਹੈ ਉਹਨਾਂ ਨੂੰ ਤੇ ਕਈ ਹੋਰ ਜਨਨ ਨੂੰ ਕਿ ਆਓ ਜੀ ਤੁਸੀਂ ਆ ਕੇ ਪੇਸ਼ ਹੋ ਪੇਸ਼ ਹੋ ਜੋ ਬਿਜੀਲੈਂਸ ਕਮਿਸ਼ਨ ਹੈ ਪਰ ਬਿਜੀਲੈਂਸ ਕਮਿਸ਼ਨ ਦੇ ਕੋਲੇ ਉਹਨੀਆਂ ਪਾਵਰਾਂ ਨਹੀਂ ਕਿਉਂਕਿ ਜਿਹੜੇ ਬਿਜੀਲੈਂਸ ਕਮਿਸ਼ਨ ਨੂੰ ਬਣਾਉਣ ਦੀ ਆਪਣਾ ਲੋਕਪਾਲ ਸੌਰੀ ਲੋਕਪਾਲ ਜਿਹੜੇ ਲੋਕਪਾਲ ਨੂੰ ਇਹਨਾਂ ਨੇ ਬਣਾਉਣ ਦੀ ਗੱਲ ਕੀਤੀ ਸੀ ਇਹਨਾਂ ਨੇ ਕਿਹਾ ਸੀ ਕਿ ਉਹ ਲੋਕਪਾਲ ਜਿਹੜੇ ਹੈਗੇ ਆ ਵੱਡੇ ਵੱਡੇ ਅਧਿਕਾਰੀਆਂ ਨੂੰ ਤੇ ਵਜ਼ੀਰਾਂ ਨੂੰ ਤੇ ਮੁੱਖ ਮੰਤਰੀ ਨੂੰ ਵੀ ਆਪਣੇ ਕਲਾਵੇ ਚ ਲਾ ਕਲਾਵੇ ਚ ਲਾਊਗਾ ਪਰ ਉਹ ਹੁਣ ਹੈ ਹੀ ਨਹੀਂ ਸੀ ਹੁਣ ਇਹਨਾਂ ਨੇ ਪਤਾ ਨਹੀਂ ਉਹ ਕਦੋਂ ਬਣੂ ਨਹੀਂ ਬਣੂ ਪਰ ਨਾਲ ਇਹ ਸਰਕਾਰ ਨੇ ਗੱਲ ਕਰਤੀ ਕਿ ਇਹ ਚੱਕੋ ਜੀ ਆ ਮਾਮਲਾ ਸਾਰਾ ਬਿਜੀਲੈਂਸ ਨੂੰ ਦੇ ਦਿਓ ਬਿਜੀਲੈਂਸ ਬਿਊਰੋ ਨੂੰ ਬਿਜੀਲੈਂਸ ਬਿਊਰੋ ਕੋਲ ਹੁਣ ਇਹ ਮਾਮਲਾ ਪਹੁੰਚ ਗਿਆ ਜੀ ਹਾਂ ਹਾਂ ਔਰ ਬਿਜੀਲੈਂਸ ਬਿਊਰੋ ਨੇ ਸਾਰਾ ਰਿਕਾਰਡ ਮੰਗ ਲਿਆ ਤੇ ਰਿਕਾਰਡ ਉਹਨਾਂ ਕੋਲ ਵਕਾਇਦਾ ਹੈਗਾ ਕੁਝ ਵੀ ਹੈ ਤੇ ਉਹਨਾਂ ਨੇ ਉਸ ਰਿਕਾਰਡ ਨੂੰ ਹੁਣ ਖੋਖਣਾ ਸ਼ੁਰੂ ਕਰਤਾ ਹੈ ਮੇਰੇ ਖਿਆਲ ਮੁਤਾਬਕ ਜਿੱਥੋਂ ਤੱਕ ਤਾਂ ਵੱਡੀਆਂ ਕੰਪਨੀ ਆਲਾ ਸਵਾਲ ਹੈ ਜੀ ਚਾਹੇ ਇਹ ਹੋਵੇ ਤੁਹਾਡਾ ਤਲਵੰਡੀ ਸਾਬੋ ਤੋਂ ਚਾਹੇ ਰਾਜਪੁਰਾ ਇਹਦੇ ਵਿੱਚੋਂ ਤਾਂ ਨਹੀਂ ਬਹੁਤਾ ਕੁਝ ਨਿਕਲਣਾ ਕਰ ਨਿਕਲਣਾ ਕਿਉਂਕਿ ਇਹ ਵੀ ਆਪਾਂ ਨੂੰ ਯਾਦ ਕਰਨਾ ਚਾਹੀਦਾ ਕਿਉਂਕਿ ਕੰਪਨੀਆਂ ਕ ਲਾਰਸਨ ਟੂਬਰਾ ਤੇ ਦੂਜਾ ਤੁਹਾਨੂੰ ਪਤਾ ਉਹ ਵੱਡੇ ਘਰਾ ਦਾ ਨਿਕਲ ਮਿੱਤਲ ਮਿੱਤਲ ਨਾ ਮਿੱਤਲ ਨਹੀਂ ਅਦਾਨੀ ਅਡਾਨੀ ਪਾਪ ਅਦਾਨੀ ਅੱਛਾ ਫਿਰ ਤਾਂ ਆਪਣਾ ਪਾਰ ਹੀ ਹੈ ਹਾਂ ਹਾਂ ਉਹਦੇ ਚ ਅਗਲੀ ਗੱਲ ਦਾਨੇ ਵਾਲੀ ਹੈ ਜੀ ਹੋਰ ਹੈ ਨਾ ਹੂੰ ਬਈ ਜਿਹੜੇ ਜਦੋਂ ਇਹ ਸਮਝੌਤੇ ਹੋਏ ਐ ਉਦੋਂ ਪਾਵਰ ਕਾਮ ਦਾ ਸਰਵਿਸ ਸਰਵਾ ਕੌਣ ਹੁੰਦਾ ਸੀ ਏਬੇ ਨੂੰ ਪ੍ਰਚਾਰ ਹੂੰ ਉਹ ਅੱਜਕੱਲ ਨਹੀਂ ਉਹ ਇਹ ਮੈਨੂੰ ਪ੍ਰਸ਼ਾਦ ਜਿਹੜੇ ਹੈਗੇ ਆ ਉਹ ਤਾਂ ਪਿੱਛੇ ਤੱਕ ਉਦਾਂ ਰਿਟਾਇਰ ਹੋ ਗਏ ਨਾ ਹਾਂ ਹਾਂ ਪਿੱਛੇ ਤੱਕ ਤਾਂ ਭਗਵੰਤ ਮਾਨ ਦੇ ਪ੍ਰਿੰਸੀਪਲ ਸੈਕਟਰੀ ਰਹੇ ਸੀ ਪ੍ਰਿੰਸੀਪਲ ਸੈਕਟਰੀ ਸੀ ਅਵਰ ਕੰਨਾਚ ਫੂਕਾ ਮਾਰਦੇ ਸੀ ਅ ਕੰਨਾਚ ਫੂਕਾ ਮਾਰਦੇ ਸੀ ਉਹਨੂੰ ਜਦੋਂ ਬੰਦਾ ਜਿਹੜਾ ਜਿਹੜਾ ਜਿਨੇ ਇਹ ਸਮਝੌਤੇ ਕਰਵਾਏ ਐ ਹੂੰ ਹੂੰ ਤੇ ਜਿਹੜੀਆਂ ਕੰਪਨੀਆਂ ਨੇ ਸਮਝੌਤੇ ਕੀਤੇ ਅਮਰਿੰਦਰ ਸਿੰਘ ਹੁਣੀ ਵੀ ਕਹਿੰਦੇ ਉਹਦੇ ਸੀ ਅਸੀਂ ਇਹ ਰੱਦ ਕਰਾਂਗੇ ਪਰ ਬਾਅਦ ਵਿੱਚ ਉਹਨਾਂ ਨੇ ਵੀ ਹੱਥ ਖੜੇ ਕਰਤੇ ਹੋਏ ਕਹਿੰਦੇ ਕੋਈ ਨਹੀਂ ਸਕਦੇ ਉਹ ਰੱਦ ਨਹੀਂ ਹੋ ਸਕਦੇ ਲੇਕਿਨ ਜਿਹੜੀ ਜਿਹੜੀ ਆ ਸੋ ਆਪਣੇ ਸੋਲਰ ਵਾਲਾ ਮਾਮ ਸੋਲਰ ਵਾਲਾ ਮਾਮਲਾ ਮੇਰੇ ਖਿਆਲ ਇਹ ਮਹਿੰਗਾ ਪੈ ਸਕਦਾ ਹੈ ਜੀ ਕੁਛ ਇੱਕ ਬੰਦੇ ਨੂੰ ਹੂੰ ਹੂੰ ਅੰਦਾਜ਼ਾ ਹੁਣ ਤੁਸੀਂ ਆਪਾਂ ਨਾ ਨਹੀਂ ਲੈ ਸਕਦੇ ਕਿਉਂਕਿ ਫਿਰ ਨਾਲ ਦੀ ਨਾਲ ਨੋਟਿਸ ਵੀ ਭੇਜਨੇ ਦੇ ਨੇ ਨੋਟਿਸ ਤਾਂ ਚਲੋ ਗੱਲ ਹੀ ਹੁੰਦੀ ਹੈ ਨਾ ਤਾਂ ਉਹਦਾ ਪੱਤਰ ਕਰਤਾ ਤੇ ਸੂਲ ਵੀ ਹੈ ਜਿੰਨੀ ਦੇਰ ਤੁਹਾਡੇ ਹੱਥ 'ਚ ਕਾਗਜ਼ ਹੈ ਨਹੀਂ ਹਾਂ 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 ਪਰ ਉਹ ਹੈ ਵੀ ਉਹ ਵੀ ਆਪਾਂ ਇਸ਼ਾਰੇ ਕਰ ਸਕਦੇ ਆ ਉਹ ਇਸ਼ਾਰਾ ਆਪਾਂ ਕਰ ਸਕਦੇ ਆ ਕਿ ਉਹ ਇੱਕ ਬੰਦੇ ਨੂੰ ਜਿਹਨੇ ਜਿਹੜਾ ਅੱਜਕੱਲ ਟਾਰਗੇਟ ਵੀ ਹੈ ਟਾਰਗੇਟ ਵੀ ਹੈ ਸਰਕਾਰ ਦਾ ਅੱਜਕੱਲ ਟਾਰਗੇਟ ਹੈ ਉਧਰ ਨੂੰ ਗੱਲ ਜਾਂਦੀ ਹੈ ਔਰ ਮੇਰੇ ਖਿਆਲ ਮੁਤਾਬਕ ਹੈ ਵੀ ਇਹ ਵਿਜੀਲੈਂਸ ਵਾਲੇ ਪਾਸਿਓਂ ਉਧਰੋਂ ਤਾਂ ਨਹੀਂ ਜੀ ਬਹੁਤਾ ਕੁਝ ਨਿਕਲਦਾ ਬਣਦਾ ਕਿਉਂਕਿ ਉਸ ਮਾਮਲੇ ਦੇ ਵਿੱਚ ਤਾਂ ਉਹਨਾਂ ਨੂੰ ਪ੍ਰੋਟੈਕਸ਼ਨ ਪਹਿਲੇ ਹੀ ਮਿਲੀ ਹੋਈ ਹੈ ਹਮ ਹਾਈ ਕੋਰਟ ਤੋਂ ਜੀ ਇਧਰ ਜਿਹੜੀ ਹੈਗੀ ਹੈ ਇਹਦੇ ਵਿੱਚ ਬਲਾਵਾ ਪੈ ਸਕਦਾ ਜੀ ਛੁਮਾਫੀ ਚੋਂ ਨਹੀਂ ਥੋੜੀ ਤਬੀਅਤ ਖਰਾਬ ਹੈ ਤੇ ਹੁਣ ਗੱਲ ਕਰੀਏ ਜੀ ਨਿਆਂ ਯਾਤਰਾ ਦੀ ਨਿਆਂ ਯਾਤਰਾ ਦਾ ਕੀ ਬਣ ਰਿਹਾ ਜੀ ਤਸਵੀਰਾਂ ਆ ਰਹੀਆਂ ਕਹਿੰਦੇ ਹਾਜ ਭਰ ਕੇ ਤਾਂ ਉਧਰ ਨਾਰਥ-ਈਸਟ ਵਾਲ ਨੂੰ ਤੁਰ ਗਿਆ ਇੱਕ ਕਾਂਗਰਸੀਆਂ ਦਾ ਆ ਨਾਰਥ-ਈਸਟ ਤੱਕ ਮਰ ਗਿਆ ਸੀ ਜੀ ਉਹ ਅਸਲ ਦੇ ਵਿੱਚ ਮਣੀਪੁਰ ਤੋਂ ਸ਼ੁਰੂ ਕਰਨਾ ਸੀ ਹੂੰ ਹੂੰ ਪਹਿਲਾਂ ਸਰਕਾਰ ਨੇ ਰਿਫਿਊਜ਼ ਕਰਤਾ ਸੀ ਕਿ ਅਸੀਂ ਇਜਾਜ਼ਤ ਨਹੀਂ ਦੇ ਸਕਦੇ ਮਣੀਪੁਰ ਦੇ ਹਾਲਾਤ ਖਰਾਬ ਹੈ ਖਰਾਬ ਹੈ ਜੀ ਫਿਰ ਉਹਨਾਂ ਨੇ ਕਹਿਤਾ ਵੀ ਚਲੋ ਤੁਸੀਂ ਕੋਈ ਦੂਰ ਜਗ੍ਹਾ ਦੇਤੀ ਵੀ ਇੱਥੇ ਕਰ ਲਓ ਤੇ ਬੰਦੇ ਸੀਮਤ ਰੱਖਿਓ ਤਾਂ ਮਣੀਪੁਰ ਤੱਕ ਫਿਰ ਇਹ ਨਾਰਥ-ਈਸਟ ਦੇ ਵਿੱਚ ਜਹਾਜ ਤੇ ਗਏ ਸਾਰੇ ਹੂੰ ਹੂੰ ਔਰ ਉੱਥੋਂ ਜਿਹੜੀ ਹੈਗੀ ਇਹ ਨਿਆ ਯਾਤਰਾ ਸ਼ੁਰੂ ਹੋਈ ਸ਼ੁਰੂਆਤ ਜਦੋਂ ਹੋਈ ਹੈ ਪਹਿਲਾਂ ਸ਼ੁਰੂ ਚ ਤਾਂ ਲੱਗਦਾ ਸੀ ਕੁਰਸੀਆਂ ਖਾਲੀ ਪਈਆਂ ਜੀ ਪਰ ਜਿਵੇਂ ਜਿਵੇਂ ਫਿਰ ਥੋੜਾ ਜਿਹਾ ਮੌਸਮ ਸਾਫ਼ ਹੁੰਦਾ ਰਿਹਾ ਤੇ ਫਿਰ ਬਾਬਾ ਘਟਬਟ ਹੋ ਗਿਆ ਸੀ ਜੀ ਔਰ ਉਸ ਘਟਬਟ ਤੋਂ ਬਾਅਦ ਉਹਨਾਂ ਦੀ ਗੱਡੀ ਅੱਗੇ ਚੱਲ ਪਈ ਚੱਲ ਪਈ ਅੱਛਾ ਔਰ ਉਹ ਹੁਣ ਜਿਹੜੀ ਹੈਗੀ ਉਹਨੂੰ ਕਾਫੀ ਹੰਗਾਰਾ ਮਿਲ ਰਿਹਾ ਹੂੰ ਹੂੰ ਉਹਦੇ ਚ ਵੱਡੀ ਗੱਲ ਤਾਂ ਇਹ ਵਾਲੀ ਹੈ ਸਭ ਇਹ ਹੈ ਕਿ ਇਹ ਨਿਆ ਯਾਤਰਾ ਜਿਹੜੀ ਹੈਗੀ ਹੈ ਹੂੰ ਹੂੰ ਪਹਿਲਾਂ ਸੀ ਭਾਰਤ ਜੁੜੂ ਯਾਤਰਾ ਹੁਣ ਭਾਰਤ ਜੁੜੂ ਯਾਤਰਾ ਦੇ ਨਾਲ ਨਿਆ ਵੀ ਜੋੜਤਾ ਹੈ ਕਿ ਨਿਆ ਮਿਲ ਤੱਕ ਜੀ ਮਨੀਪੁਰ ਦੇ ਵਿੱਚ ਆਪਾਂ ਨੂੰ ਪਤਾ ਵੀ ਨਿਆ ਨਹੀਂ ਮਿਲ ਰਿਹਾ ਹੂੰ ਹੂੰ ਸਾਡੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਕੰਮ 'ਚ ਲੱਗੇ ਹੋਏ ਆ ਉਹ ਅੱਜ ਕੱਲ ਲੱਗੇ ਹੋਏ ਆ ਮੰਦਰ ਦੇ ਉਦਘਾਟਨ ਦਾ ਪ੍ਰਬੰਧ ਬਸ ਉਸੇ ਉਸੇ ਨੂੰ ਨਹੀਂ ਜੇ ਆਪਾਂ ਕਨਸਟੀਟਿਊਸ਼ਨ ਨੂੰ ਦੇਖੀਏ ਤਾਂ ਸੈਕੂਲਰ ਇੰਡੀਆ ਦੇ ਪ੍ਰਧਾਨ ਮੰਤਰੀ ਨੂੰ ਕਿਸੇ ਵੀ ਤਰਮ ਬਿਸ਼ੇਸ਼ ਤੇ ਮਾਮਲੇ ਦੇ ਵਿੱਚ ਬਹੁਤੀ ਦਿੱਕਤ ਸਪੀ ਨਹੀਂ ਦਿਖਾਉਣੀ ਚਾਹੀਦੀ ਪ੍ਰਾਈਵੇਟਲੀ ਜੇ ਕਿਸੇ ਦਾ ਕੋਈ ਬੰਦਾ ਉੱਥੇ ਮੱਥਾ ਟੇਕ ਆਵੇ ਬੰਦਾ ਆਪਦਾ ਜੋ ਜੋ ਵੀ ਹੈਗਾ ਉਹ ਸਾਰੇ ਜਾਂਦੇ ਲੇਕਿਨ ਜੇ ਪੁਜਾਰੀਆਂ ਦਾ ਕੰਮ ਜਿਵੇਂ ਕਿ ਸ਼ੰਕਰਾਚਾਰੀ ਜਿਹੜੇ ਹੈਗੇ ਚਾਰੇ ਸ਼ੰਕਰਾਚਾਰੀਆ ਖਿਲਾਫ ਹੈ ਉਹ ਕਹਿੰਦੇ ਸਾਡਾ ਕੰਮ ਵੀ ਤਾਂ ਪ੍ਰਧਾਨ ਮੰਤਰੀ ਨੇ ਫੜ ਲਿਆ ਇਹ ਗੱਲ ਦਾ ਮਤਲਬ ਜਿ ਇਹ ਸੁਭਾ ਨਹੀਂ ਦਿੰਦੀ ਦਿੰਦੀ ਹਾਂਜੀ ਪਰ ਜਿਹੜੀ ਚੀਜ਼ ਜਿੱਥੇ ਪ੍ਰਧਾਨ ਮੰਤਰੀ ਨੂੰ ਜਾਣਾ ਚਾਹੀਦਾ ਸੀ ਮਨੀਪੁਰ ਭਾਰਤ ਦਾ ਇੱਕ ਹਿੱਸਾ ਹੈ ਉੱਥੇ ਕਿੰਨਾ ਖੂਨ ਖਰਾਬਾ ਹੋਇਆ ਹੈ ਔਰਤਾਂ ਦੀ ਬੇਇੱਜ਼ਤੀ ਹੋਈ ਹੈ ਸਾਰਾ ਕੁਝ ਹੈ ਉਧਰ ਪ੍ਰਧਾਨ ਮੰਤਰੀ ਸਾਹਿਬ ਨਹੀਂ ਗਏ ਜੀ ਸੋ ਲੱਗਦਾ ਹੈ ਕਿ ਜੇ ਮਨੀਪੁਰ ਤੋਂ ਸ਼ੁਰੂਆਤ ਕੀਤੀ ਹੈ ਤੇ ਇਹ ਵੀ ਸੋਚ ਕੇ ਕੀਤੀ ਹੈ ਆਪਣੇ ਨੇ ਰਾਹੁਲ ਗਾਂਧੀ ਨੇ ਹਾਂ ਹਾਂ ਕਿ ਉੱਥੋਂ ਚੱਲਣੇ ਔਰ ਉੱਥੋਂ ਚੱਲ ਕੇ ਮਨੀਪੁਰ ਦੇ ਵਿੱਚ ਵੀ ਉਹਨਾਂ ਨੂੰ ਚੰਗਾ ਨਾਰਥ-ਈਸਟ ਦੇ ਵਿੱਚ ਵੀ ਮਿਲੂ ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਜਿਹੜਾ ਹੈਗਾ ਦੱਖਣੀ ਭਾਰਤ ਦੇ ਵਿੱਚ ਬਹੁਤਾ ਕੁਝ ਨਹੀਂ ਤੇ ਇਹ ਨਿਆ ਯਾਤਰਾ ਨੇ ਜੀ ਆ ਕੇ ਸਮਾਪਤ ਹੋਣਾ ਬੰਬੇ ਦੇ ਵਿੱਚ ਹੂੰ ਹੂੰ ਬੰਬੇ ਮਹਾਰਾਸ਼ਟਰ ਦੇ ਵਿੱਚ ਹੈ ਤੇ ਮਹਾਰਾਸ਼ਟਰ ਦੇ ਵਿੱਚ ਭਾਵੇਂ ਇਹਨਾਂ ਨੂੰ ਡੈਮੇਜ ਕਰਨ ਵਾਸਤੇ ਬੜਾ ਜ਼ੋਰ ਲਾਇਆ ਜਿਵੇਂ ਮਿਲਿੰਦ ਦਿਓੜਾ ਦਿਓੜਾ ਹਾਂਜੀ ਉਹ ਇਹਨਾਂ ਨੇ ਤੋੜ ਲਿਆ ਕਾਂਗਰਸ ਪਾਰਟੀ ਜੋ ਛੱਡ ਕੇ ਚਲਾ ਗਿਆ ਤੇ ਉਹਨਾਂ ਨਾਲੇ ਗੱਲ ਕਿਹਾ ਕਿ ਮੈਂ ਤਾਂ ਜੀ ਆਪਦੇ ਜਿਹੜੇ 50 55 ਸਾਲ ਪੁਰਾਣੇ ਸਬੰਧ ਤੋੜਦੇ ਆ ਉਮਰ ਤਾਂ ਦੀ 50 55 ਸਾਲ ਤੋਂ ਘੱਟ ਹੈ ਘੱਟ ਹੈ ਹਾਂਜੀ ਪਰ ਉਹਦਾ ਪਿਓ ਹੁੰਦਾ ਸੀ ਜੀ ਉਹ ਰਾਜਸਥਾਨ ਨੂੰ ਬਿਲੋਂਗ ਕਰਦੇ ਉਹਦਾ ਪਿਓ ਹੁੰਦਾ ਸੀ ਜਿਹਦੇ ਪਿਓ ਨੇ ਜੋ ਖੱਟਾ ਕਮਾਇਆ ਹੈ ਉਹ ਤਾਂ ਕਾਂਗਰਸ ਪਾਰਟੀ 'ਚ ਹੀ ਆ ਕੇ ਖੱਟਾ ਕਮਾਇਆ ਹਾਂਜੀ ਪਿਓ ਰਹਿਣਾ ਨਹੀਂ ਤੇ ਉਹਨਾਂ ਪਿਓ ਵਾਲਾ ਇੰਤਕਾਲ ਵੀ ਜਿਹੜਾ ਚਲੋ ਜਾਇਦਾਦਾਂ ਦਾ ਇੰਤਕਾਲ ਤਾਂ ਉਦੇ ਚ ਹੁਣ ਇਹ ਵੀ ਉਹ ਬੰਦਾ ਜਿਹੜੀ ਉਹ ਸ਼ਿੰਦੇ ਵਾਲੀ ਸ਼ਿਵ ਸੈਨਾ ਉਹਦੇ ਚ ਜੁੜਦਾ ਅੱਛਾ ਜੀ ਕੋਸ਼ਿਸ਼ ਤਾਂ ਉਹਨਾਂ ਲਈ ਹੈ ਤੇ ਜਦੋਂ ਇਸ ਕਿਸਮ ਦੀਆਂ ਗੱਲਾਂ ਹੋਣ ਤੇ ਇਹਦਾ ਮਤਲਬ ਹੈ ਨਿਆ ਯਾਤਰਾ ਦਾ ਫਰਕ ਪੈਂਦਾ ਹੂੰ ਧਰਨੀ ਦੇ ਸਭ ਜਿਹੜੇ ਕੁੜਮ ਬਲਾਕੇ ਦੇਖੀਏ 35 ਕ ਸੀਟਾਂ ਜਿਹੜੀਆਂ ਜੋ ਹੁਣ ਤੱਕ ਦਾ ਸਾਕਤਵਾ ਹੈ ਜੀ 35 ਕ ਸੀਟਾਂ ਦੇ ਦਾ ਰਹਿ ਗਿਆ ਫਰਕ ਹੂੰ ਹੂੰ ਔਰ ਉਹ 35 ਸੀਟਾਂ ਉਹ ਹੈ ਜਿਹੜੀਆਂ 35 ਸੀਟਾਂ ਇਸ ਹਲਾਕੇ ਚ ਪੈਣਗੀਆਂ ਜੀ ਤੇ ਜਿੱਥੇ-ਜਿੱਥੇ ਨਿਆ ਯਾਤਰਾ ਜਾਊਗੀ ਉੱਥੇ ਆਪਦਾ ਪ੍ਰਭਾਵ ਛੱਡੂਗਾ ਜੀ ਕਿਉਂਕਿ ਆਪਾਂ ਹੁਣ ਦੇਖੀਏ ਕਿ ਇਸ ਜਿਹੜੀ ਪਹਿਲਾਂ ਭਾਰਤ ਜੋੜੋ ਯਾਤਰਾ ਸੀ ਹੂੰ ਹੂੰ ਉਹ ਭਾਰਤ ਜੋੜੋ ਯਾਤਰਾ ਦਾ ਕੇਂਦਰ ਬਿੰਦੂ ਅਖੀਰ ਦੇ ਵਿੱਚ ਜਿਹੜਾ ਜਿਹੜਾ ਸਭ ਤੋਂ ਜ਼ਿਆਦਾ ਉਹ ਚੱਲੀ ਸੀ ਉਹ ਚੱਲੀ ਸੀ ਕਰਨਾਟਕਾ ਚ ਜੀ ਤੇ ਕਰਨਾਟਕਾ ਦੇ ਵਿੱਚ ਉਹਨੇ ਆਪਦਾ ਅਸਰ ਦਿਖਾਇਆ ਹਾਂ ਹਾਂ ਹਾਲਾਂਕਿ ਜੇ ਦੱਖਣੀ ਭਾਰਤ ਦੇ ਵਿੱਚ ਦੇਖੀਏ ਤੇ ਆਰਐਸਐਸ ਬੀਜੇਪੀ ਦਾ 베ਸ ਸਭ ਤੋਂ ਪਹਿਲਾਂ ਕਰਨਾਟਕਾ ਸੀ ਹੂੰ ਹੂੰ ਪਰ ਕਰਨਾਟਕਾ ਦੇ ਵਿੱਚ ਤਾਂ ਕਾਂਗਰਸ ਸਰਕਾਰ ਉਹਦੀ ਦੁਬਾਰਾ ਫੇਰ ਬਣਾਈ ਜੀ ਉਹ ਸਰਕਾਰ ਉਹਨਾਂ ਦੀ ਬਣ ਗਈ ਹੈ ਤੇ ਉੱਥੇ ਬਣ ਗਈ ਹੁਣ ਇਹ ਜਿਹੜੇ ਹੈਗੇ ਨਾਰਥ-ਈਸਟ ਵਾਲੇ ਮਾਮਲੇ ਤੋਂ ਲੈ ਕੇ ਤੇ ਦੱਖਣੀ ਭਾਰਤ ਨੂੰ ਕਵਰ ਕਰਦੇ ਆ ਜੀ ਤੇ ਫਿਰ ਮੈਕਸਿਮਮ ਸਮਾਂ ਇਹਨਾਂ ਦੇ ਜੁਪੀ ਦੇ ਵਿੱਚ ਲਾਉਣਾ ਹੈ ਹੂੰ ਹੂੰ ਜਦੋਂ ਜੁਪੀ ਦੇ ਵਿੱਚ ਮੈਕਸਿਮਮ ਸਮਾਂ ਲਾਉਣਾ ਤੇ ਦਾਨੇ ਵਾਲਿਆ ਸਾਹਿਬ ਫਿਰ ਜੁਪੀ ਦੇ ਵਿੱਚ ਸੀਟਾਂ 80 ਹੈ 80 ਹੈ ਔਰ ਉੱਥੇ ਲਗਭਗ ਇੰਡੀਆ ਦੀ ਮੁਲਾਇਮ ਸਿੱਖ ਜਾਤ ਤੇ ਕਾਂਗਰਸ ਇੰਡੀਆ ਛੇਗੇ ਹੈਗੇ ਹੂੰ ਹੂੰ ਜਾਣਕਾਰੀ ਇਹ ਵੀ ਮਿਲੀ ਹੋਈ ਹੈ ਕਿ ਭਾਵੇਂ ਕਹਿੰਦੇ ਆ ਕਿ ਬੀਬੀ ਮਾਇਓ ਮਤਲਬ ਮਾਇਬਤੀ ਨਹੀਂ ਇਹ ਗੱਲ ਕਹਤੀ ਹੈ ਵੀ ਇਹ ਸਾਰੇ ਭਾਰਤ ਦੇ ਵਿੱਚ ਆਪਣੇ ਇੰਡੀਪੈਂਡੈਂਟ ਹੀ ਆਪਣੇ ਬਲਬੂਤੇ ਤੇ ਚੋਣਾ ਲੜਾਂਗੇ ਪਰ ਉਹਦਾ ਮੇਰਾ ਖਿਆਲ ਹੈ ਵੀ ਓਨੀ ਦੇਰ ਤੱਕ ਕੀ ਹੋ ਕਹਿੰਦੇ ਜਿੰਨੀ ਦੇਰ ਤੱਕ ਕੋਡ ਆਫ ਕੰਡਕਟ ਲੱਗਦੇ ਕਿਉਂਕਿ ਫੈਲਾ ਉਹਨਾਂ ਦੀਆਂ ਵੀ ਉਹਨਾਂ ਦੀਆਂ ਵੀ ਗੱਲ ਘਰ ਛਾੜ ਲੈਂਦੇ ਛਾੜ ਲਾਈ ਰੱਖਣ ਦੇ ਛਾੜ ਲੈਂਦੇ ਉਹਦੋਂ ਨੂੰ ਹੋਰ ਜੰਮ ਜਾਂਦੀ ਹੈ ਜੀ ਤੇ ਉਹ ਜਿਵੇਂ ਮਤਲਬ ਵੀ ਉੱਥੋਂ ਅੰਦਰੋਂ ਹਵਾਵਾਂ ਆ ਰਹੀਆਂ ਹੂੰ ਹੂੰ ਉਹਦੇ ਮੁਤਾਬਕ ਉੱਥੇ ਹੋ ਸਕਦੀਆਂ ਤੇ ਕੁੱਲ ਮਿਲਾ ਕੇ ਮੇਰੇ ਖਿਆਲ ਮੁਤਾਬਕ ਇਹ ਨਿਆਂ ਯਾਤਰਾ ਜਿਹੜੀ ਹੈ ਕਾਂਗਰਸ ਲਈ ਤੇ ਇੰਡੀਆ ਲਈ ਲਾਹੇਬੰਦੀ ਸਾਬਤ ਹੋਊਗੀ। ਔਰ ਮੈਂ ਅਜੇ ਸੁਣ ਰਿਹਾ ਸੀਗਾ ਮਲਾਇਮ ਸਿੰਘ ਯਾਦਵ ਦੇ ਬੇਟੇ ਅਖਲੇਸ਼ ਸਿੰਘ ਯਾਦਵ ਨੂੰ ਹੂੰ ਹੂੰ ਉਹ ਕਹਿੰਦਾ ਵੀ ਮੈਂ ਬਾਹਰ ਤਾਂ ਨਹੀਂ ਗਿਆ ਨਾ ਮੈਨੂੰ ਕੋਈ ਉਹਨਾਂ ਨੇ ਸਿੱਧਾ ਪੱਤਰ ਦਿੱਤਾ ਹੈ ਕਾਂਗਰਸ ਪਾਰਟੀ ਦੀ ਹੈ ਇੰਡੀਆ ਦੀ ਨਹੀਂ। ਜੀ। ਲੇਕਿਨ ਜਦੋਂ ਇਹ ਯਾਤਰਾ ਯੂਪੀ ਚਾਈ ਹੂੰ ਹੂੰ ਤੇ ਜਿੱਥੇ ਮੈਨੂੰ ਫਿਰ ਕਹਿਣਗੇ ਮੈਂ ਉਥੇ ਉਸ ਜਤਰਾ ਦਾ ਸਵਾਗਤ ਵੀ ਕਰੂੰਗਾ ਤੇ ਸ਼ਾਮਲ ਵੀ ਹੋਊਗਾ ਹਮਮ ਔਰ ਇਸ ਯਾਤਰਾ ਦੇ ਵਿੱਚ ਤੁਸੀਂ ਦੇਖੋ ਕਿ ਜਿਹੜੇ ਵਿਦਵਾਨ ਬੰਦੇ ਆ ਜਿਹੇ ਜੁਗਿੰਦਰ ਯਾਦਵ ਵਰਗੇ ਬੰਦੇ ਵੀ ਜਿਹੜੇ ਹਮੇਸ਼ਾ ਕਾਂਗਰਸ ਦੇ ਵਿਰੋਧੀ ਰਹੇ ਆ ਰਹੇ ਹੈ ਉਹ ਵੀ ਜਾ ਰਹੇ ਹੈ ਹੁਣ ਸਵਾਲ ਇਹ ਬਣ ਗਿਆ ਜੀ ਕਿ ਇਸ ਗੱਲ ਨੂੰ ਛੱਡ ਦਿਓ ਕਿ ਕਾਂਗਰਸ ਕਮਿਊਨਲ ਹੈ ਕਾਂਗਰਸ ਨਰਮ ਹਿੰਦੂਤਵ ਅਪਣਾਉਂਦੀ ਹੈ ਜਾਂ ਨਹੀਂ ਅਪਣਾਉਂਦੀ ਹੁਣ ਵੱਡੀ ਜਿਹੜੀ ਹੈਗੀ ਹੈ ਗੱਲ ਉਹ ਇਹ ਹੈ ਕਿ ਲੋਕਤੰਤਰ ਨੂੰ ਕਿਵੇਂ ਬਚਾਉਣੇ ਤੇ ਸੰਵਿਧਾਨ ਨੂੰ ਕਿਵੇਂ ਬਚਾਉਣੇ ਜੇ ਸੰਵਿਧਾਨ ਨੂੰ ਤੇ ਲੋਕਤੰਤਰ ਨੂੰ ਬਚਾਉਣਾ ਹੈ ਤੇ ਫਿਰ ਇੱਕ ਮੁੱਠੋ ਕੇ ਚੱਲਣਾ ਪੈਣਾ ਹੈ ਔਰ ડીਜਪੀ ਦਾ ਰਾਹ ਰੋਕਣਾ ਪੈਣਾ ਤੇ ਜੇ ਬੀਜੇਪੀ ਦਾ ਰਾਹ ਹੁਣ ਨਾ ਨਾ ਰੁਕਿਆ ਫਿਰ ਸ਼ਾਇਦ ਪਤਾ ਨਹੀਂ ਇਹ ਲਾਸਟ ਇਲੈਕਸ਼ਨ ਲਾਸਟ ਵੀ ਹੋ ਜਾਈਏ ਜਿਵੇਂ ਹਾਲਾਤ ਲੱਗੀਆਂ ਨੇ ਹਾਂ ਹਾਂ ਇਸ ਕਰਕੇ ਮਤਲਬ ਸਭ ਕੁਝ ਜਿਹੜਾ ਹੈਗਾ ਉਹ ਨਿਆ ਯਾਤਰਾ ਤੇ ਨਿਰਪਰ ਹੈ ਪਰ ਲੱਗਦਾ ਹੈ ਕਿ ਉਹਦੇ ਚ ਇਹਨਾਂ ਨੂੰ ਕੁਛ ਨਾ ਖੁਸ਼ ਮਿਲੂ ਮਿਲੂ ਜੀ ਸੋ ਬਹੁਤ ਬਹੁਤ ਸ਼ੁਕਰੀਆ ਤੁਲਾ ਸਾਹਿਬ ਮਿਹਰਬਾਨੀ ਜੀ ਧੰਨਵਾਦ ਸ਼ਮਾਦਾਨ ਇੱਥੇ ਹੀ ਸਮਾਪਤ ਕਰਨ ਦੀ ਅੱਗੇ ਲੈਣ ਲਈ ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ